अग पंकज बंदन सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह बिसाला तरो तरा पर पुन पुन सीसा पुन पुन सीसा बंदो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहे गुरु जी की फतेह बिघ्न विनाशन सोए। हाँ जी सतनाम श्री वाहिगुरु जी दोहरा पढ़न सुनन कर शीर सम प्रेम समायन पाए लखनो सहज स्वरूप को चख माखन सुख दाए पढ़न सुनन कर शीर सम सतगुरु गरीब नवाज सच्चे पातशाह दीन दुनिया दे मालक चबर छत्र तखत दे मालक समरथ गुरु प्रतख गुरु दीन दयाल कृपाल अंतर जामी पूरन पार ब्रह्म परमेश्वर वाहेगुरु अकाल पुरख स्वरूप सच्चे पातशाह साढ़े दासा गरीबां दे उत्ते सदा रहमतां करन वाले दया करन वाले बख्शिशां करन वाले हाजरा हजूर जहरा जहूर सर्ब कला भरपूर अंतरजामी सचे पातशाह धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्यार दे नाल सब सिख संगत दोवें हाथ जोड़ के गज के कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज सतगुरु गरीब नवाज जी ने कृपा की है आपा सारिया नू अपनी हजूरी विच बैठन दा सतगुरु जी दे महान पवित्र जीवन दा इतिहास सतगुरु जी दी कथा सुनन दा मौका गरीब नवाज जी ने बख्शिश किया है गरीब नवाज सच्चे पातशाह जी का धन्यवाद करदिया होया
ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਦ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀਨ ਦੁਨੀਆਂ ਨੂੰ ਉਤਾਰ ਰਹੇ ਹਨ। ਸਾਰਾ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਨ ਦੁਨੀਆਂ ਨੂੰ ਉਤਾਰਿਆ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੂਜੀ ਵਾਰ ਸਿਆਲਕੋਟ ਦੀ ਧਰਤੀ ਉੱਤੇ ਸਤਿਗੁਰੂ ਜੀ ਪਹੁੰਚੇ ਹਨ। ਜਦੋਂ ਮਹਾਰਾਜ ਦੂਸਰੀ ਵਾਰੀ ਸਿਆਲਕੋਟ ਦੀ ਧਰਤੀ 'ਤੇ ਪਹੁੰਚੇ ਹੈ, ਜੋ ਉੱਥੇ ਪ੍ਰਸੰਗ ਹੋਇਆ ਸੰਗਤ ਜੀ, ਉਹ ਆਪ ਜੀ ਨੇ ਸਾਰਾ ਸਰਵਣ ਕੀਤਾ ਹੈ। ਹਜ਼ੂਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਾ, ਇਸ ਧਰਤੀ 'ਤੇ ਸਾਡਾ ਸੰਸਾਰੀ ਮਿੱਤਰ ਰਹਿੰਦਾ ਹੈ, ਚੱਲ ਆ ਤੈਨੂੰ ਉਹਦੇ ਨਾਲ ਮਿਲਾ ਦਈਏ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਨੂੰ ਮੂਲੇ ਦੇ ਘਰ ਦੇ ਬਾਹਰ ਲੈ ਗਏ ਹੈ। ਮੂਲਾ ਸਾਧ ਸੰਗਤ ਜੀ, ਹਜ਼ੂਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਉਹਦੇ ਭਾਗਾਂ ਵਿੱਚ ਨਹੀਂ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਬਾਹਰ ਖਲੋ ਕੇ ਆਵਾਜ਼ ਮਾਰ ਕੇ ਆ ਗਏ ਹੈ, ਮੂਲੇ ਦੀ ਪਤਨੀ ਸਤਿਗੁਰੂ ਗਰੀਬ ਨਿਵਾਸ ਜੀ ਨਾਲ ਝੂਠ ਬੋਲਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹ ਘਰ ਵਿੱਚ ਨਹੀਂ ਹੈ। ਮੂਲਾ ਆਪ ਪਾਥੀਆਂ ਵਾਲੇ ਸਾਧ ਸੰਗਤ ਜੀ ਕਮਰੇ ਦੇ ਵਿੱਚ ਜਾ ਕੇ ਲੁੱਕ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਲੋਕ ਉਚਾਰਿਆ, ਉਸ ਸਮੇਂ ਉਹ ਆਪ ਜੀ ਨੇ ਸਾਧ ਸੰਗਤ ਜੀ ਸਾਰਾ ਸਰਵਣ ਕੀਤਾ ਸੀ। ਸਲੋਕ ਮਹੱਲਾ ਪਹਿਲਾ, ਨਾਲ ਕਿਰਾੜਾਂ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਤੈ ਥਾਏ। ਮਹਾਰਾਜ ਨੇ ਕਿਹਾ, ਭਾਈ ਜਿਹੜੇ ਮਾਇਆਧਾਰੀ ਬੰਦੇ ਆ ਨਾ, ਇਹਨਾਂ ਦੇ ਨਾਲ ਪਿਆਰ ਪਾਉਣਾ ਜਿਹੜਾ ਉਹ ਝੂਠਾ ਹੀ ਹੁੰਦਾ ਹੈ। ਗੱਜ ਕੇ ਆਖੋ ਵਾਹਿਗੁਰੂ, ਇਹਨਾਂ ਦੀ ਯਾਰੀ ਝੂਠੀ ਹੈ, ਮਨਮੁੱਖਾਂ ਦੀ। ਮਨਮੁੱਖਾਂ ਕਿਹੜੀ ਦੋਸਤੀ, ਮਾਇਆ ਕਾ ਸੰਬੰਧ, ਬਸ ਇੰਨਾ ਕੀ ਸਾਧ ਸੰਗਤ ਜੀ ਇਹਨਾਂ ਦਾ ਸੰਬੰਧ ਹੁੰਦਾ ਹੈ। ਲੋੜ ਅਨੁਸਾਰ ਇਹਨਾਂ ਦੀ ਦੋਸਤੀ ਹੁੰਦੀ ਹੈ, ਲੋੜ ਮੁੱਕ ਜਾਵੇ ਦੋਸਤੀ ਵੀ ਮੁੱਕ ਜਾਂਦੀ ਹੈ। ਮਹਾਰਾਜ ਸਾਹਿਬ ਨੇ ਮਾਇਆ ਦੇ ਪੁਜਾਰੀਆਂ ਦਾ ਸੰਗ ਜਿਹੜਾ, ਇਹਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਬੇਬੁਨਿਆਦ ਹੈ, ਝੂਠਾ ਹੈ। ਅਤੇ ਬੁਨਿਆਦ ਕੀ ਹੁੰਦੀ ਹੈ? ਬੁਨਿਆਦ ਆਪਣੀ ਗਰਜ ਹੁੰਦੀ ਹੈ, ਅਤੇ ਉਹ ਕਿਹੜੀ ਸਦਾ ਰਹਿਣੀ ਹੁੰਦੀ ਹੈ। ਸੋ ਮੂਲੇ ਨੂੰ ਇਹ ਨਹੀਂ ਪਤਾ ਮੌਤ ਕਿੱਥੇ ਆ ਜਾਣੀ ਹੈ, ਲੁੱਕ ਕੇ ਬੈਠਾ। ਉਹਨੂੰ ਇਹ ਨਹੀਂ ਸੀ ਪਤਾ ਲੁਕੇ ਹੋਏ ਨੂੰ ਹੀ ਮੌਤ ਆ ਜਾਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਸੱਤ ਹੋਇਆ, ਮੂਲੇ ਨੂੰ ਸਾਧ ਸੰਗਤ ਸੱਪ ਡੰਗ ਮਾਰਿਆ, ਮੂਲੇ ਦੀ ਪਤਨੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਈ ਹੈ, ਪਰ ਮੂਲਾ ਸਰੀਰ ਤਿਆਗ ਚੁੱਕਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਦੇ ਕੋਲ ਆਏ, ਅਜੇ ਸਵਾਸ ਚੱਲਦੇ ਸਨ, ਮਹਾਰਾਜ ਨੇ ਆਖਿਆ, ਭਾਈ ਹੁਣ ਤਾਂ ਦਸਵੇਂ ਜਾਮੇ ਵਿੱਚ ਆ ਕੇ ਇਹਦਾ ਭਲਾ ਕਰਾਂਗੇ। ਦਸਵੇਂ ਜਾਮੇ ਵਿੱਚ ਮੇਰੇ ਸਤਿਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਵੇਂ ਸੰਗਤ ਜੀ ਮੂਲੇ ਦਾ ਭਲਾ ਕੀਤਾ, ਉਹ ਸਾਰਾ ਹੀ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਗੱਜ ਕੇ ਆਖੋ ਵਾਹਿਗੁਰੂ, ਸਾਰੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਬਸ ਇਹ ਕਥਾ ਸੁਣ ਕੇ ਅਤੇ ਸੰਗਤ ਜੀ ਮਨ ਵਿੱਚ ਇਹੋ ਹੀ ਅਰਦਾਸਾਂ ਵਾਰ ਵਾਰ ਨਿਕਲਣ, ਮਹਾਰਾਜ ਅਸੀਂ ਵੀ ਮਨਮੁੱਖਾਂ ਵਰਗੇ ਹੀ ਹਾਂ, ਪਰ ਆਪ ਜੀ ਦਾ ਬਿਰਦ ਬੜਾ ਵੱਡਾ ਹੈ, ਸੱਚੇ ਪਾਤਸ਼ਾਹ ਸਾਡੇ ਗਰੀਬਾਂ ਦਾ ਵੀ ਉਧਾਰ ਕਰਿਓ, ਬਖਸ਼ਿਸ਼ਾਂ ਕਰਿਓ। ਕਿਸ ਤਰੀਕੇ ਨਾਲ ਸਾਹਿਬ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾ ਕੇ ਮੂਲੇ ਦਾ ਸਾਧ ਸੰਗਤ ਜੀ ਉਧਾਰ ਕੀਤਾ, ਖਰਗੋਸ਼ ਦੇ ਰੂਪ ਵਿੱਚ ਉਦੋਂ ਸੀਗਾ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਜੋੜੋ ਦੋਵੇਂ ਹੱਥ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੜਨ ਸੁਣਨ ਕਰ ਸ਼ੀਰ ਸਮ, ਪ੍ਰੇਮ ਸਮਾਇਨ ਪਾਏ। ਸੰਗਤ ਜੀ, ਭਾਈ ਸੰਤੋਖ ਸਿੰਘ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਸਾਨੂੰ ਇੱਕ ਗੱਲ ਦੱਸ ਰਹੇ ਹੈ।
ਜਿਹੜੇ ਨਿੰਦਾ ਕਰਦੇ ਆ ਬੜੇ ਧਿਆਨ ਨਾਲ ਸੁਣਿਓ ਭਾਈ ਸਾਹਿਬ ਜੀ ਦੀ। ਵੇਖੋ ਰਚਨਾ, ਭਾਈ ਸਾਹਿਬ ਕਹਿੰਦੇ ਆ ਭਾਈ ਗੁਰੂ ਦੀ ਕਥਾ ਪੜ੍ਹਨੀ ਅਤੇ ਸਤਿਗੁਰੂ ਦੀ ਕਥਾ ਸੁਣਨੀ, ਕਥਾ ਸੁਣਨੀ ਅਤੇ ਪੜ੍ਹਨੀ ਕਰਨੀ, ਇਹ ਦੁੱਧ ਦੇ ਬਰਾਬਰ ਹੈ। ਦੁੱਧ ਦੇ ਕਿਹਦੇ ਬਰਾਬਰ ਹੈ? ਦੁੱਧ ਦੇ। ਹਾਂਜੀ, ਪ੍ਰੇਮ ਪ੍ਰੇਮ ਸਮਾਇਨ ਪਾਏ ਅਤੇ ਦੁੱਧ ਨੂੰ ਪ੍ਰੇਮ ਦੀ ਜਾਗ ਲਾ ਕਹਿਣ ਲੱਗੇ। ਇਹਦਾ ਭਾਵ ਪਿਆਰ ਨਾਲ ਸ਼ਰਧਾ ਦੇ ਨਾਲ ਕਥਾ ਕਰ, ਪਿਆਰ ਨਾਲ ਅਤੇ ਸ਼ਰਧਾ ਦੇ ਨਾਲ ਕਥਾ ਸੁਣ। ਇਹ ਕੀ ਹੈ? ਇਸ ਦੁੱਧ ਰੂਪੀ ਕਥਾ ਨੂੰ, ਕਥਾ ਰੂਪੀ ਦੁੱਧ ਨੂੰ ਪ੍ਰੇਮ ਦੀ ਜਾਗ ਲਗਾਉਣਾ ਹੈ, ਪਿਆਰ ਨਾਲ ਸੁਣਨਾ। ਹਾਂਜੀ। ਲਖਨੋ ਸਹਿਜ ਸਰੂਪ ਕੋ ਚੱਖ ਮੱਖਣ ਸੁਖਦਾਏ। ਮਹਾਰਾਜ ਕਹਿੰਦੇ ਫਿਰ ਨਾਮ ਦਾ ਰਿੜਕਣਾ ਪਾ ਵਿੱਚ ਜੀ, ਨਾਮ ਦਾ ਰਿੜਕਣਾ ਪਾ, ਜਾਗ ਲਗਾ ਕੇ ਜਦੋਂ ਦਹੀਂ ਬਣੇਗਾ ਨਾਮ ਦਾ ਰਿੜਕਣਾ ਪਾ, ਅਤੇ ਫਿਰ ਰਿੜਕਣੇ ਵਿੱਚੋਂ ਮੱਖਣ ਨਿਕਲਣਾ। ਉਹ ਮੱਖਣ ਕੀ ਹੈ? ਭਾਈ ਸੰਤੋਖ ਸਿੰਘ ਜੀ ਕਹਿੰਦੇ ਤੁਹਾਨੂੰ ਤੁਹਾਡੀ ਆਤਮਾ ਦਾ ਗਿਆਨ ਹੋ ਜਾਏਗਾ। ਹੁਣ ਦੁੱਧ ਮੱਖਣ ਕੱਢਣ ਦਾ ਤਰੀਕਾ ਜਿਹੜਾ ਉਹ ਬਦਲ ਗਿਆ। ਮਲਾਈ ਕੱਢ ਲੈਂਦੇ ਆ, ਮਲਾਈ ਨਾਲ ਕੱਢੀ ਜਾਂਦੇ, ਮਲਾਈ ਦਾ ਕੱਢ ਲੈਂਦੇ ਆ, ਪਰ ਗੁਰਬਾਣੀ ਵਿੱਚ ਇਹ ਤਰੀਕਾ ਨਹੀਂ ਦੱਸਿਆ ਸਤਿਗੁਰੂ ਜੀ ਨੇ। ਜਿਹੜਾ ਗੁਰਬਾਣੀ ਵਿੱਚ ਤਰੀਕਾ ਉਹ ਇਹੋ ਹੀ ਹੈ ਵੀ ਦਹੀਂ ਦੇ ਵਿੱਚ ਸਾਧ ਸੰਗਤ ਦੀ ਮਧਾਣੀ ਪਾਉਣੀ ਹੈ, ਉਹਦੇ ਵਿੱਚੋਂ ਮੱਖਣ ਕੱਢਣਾ ਹੈ। ਪਹਿਲਾਂ ਕੀ ਕਰਨਾ? ਦੁੱਧ ਨੂੰ ਜਾਗ ਲਾਉਣੀ ਹੈ, ਜਾਗ ਨੂੰ, ਫਿਰ ਹੌਲੀ ਹੌਲੀ ਜਾਗ ਦਾ ਦਹੀਂ ਜੰਮੇਗਾ, ਅਤੇ ਜਦੋਂ ਦਹੀਂ ਜੰਮ ਗਿਆ ਫਿਰ ਵਿੱਚ ਰਿੜਕਣਾ ਪਾਉਣਾ ਹੈ ਜੀ, ਅਤੇ ਜਦੋਂ ਰਿੜਕਣਾ ਪਾਇਆ ਫਿਰ ਵਿੱਚੋਂ ਮੱਖਣ ਨਿਕਲਦਾ ਹੈ, ਤੱਤ ਨਿਕਲਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਉਂਝ ਜਿਹੜਾ ਘਿਓ ਮਿਲਣਾ ਹੈ, ਉਂਝ ਸਸਤਾ ਚ ਘਿਓ, ਪਰ ਜਿਹੜਾ ਇਸ ਤਰੀਕੇ ਨਾਲ ਕੱਢਿਆ ਹੋਇਆ ਘਿਓ ਹੈ ਨਾ, ਬਾਜ਼ਾਰ ਵਿੱਚੋਂ ਜਾ ਕੇ ਪਤਾ ਕਰ ਲਿਓ, ਤੁਹਾਨੂੰ ਮਹਿੰਗਾ ਮਿਲੇਗਾ ਜੀ, ਕਿਉਂਕਿ ਉਹ ਅਸਲੀ ਹੈ, ਉਹ ਪਿਓਰ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਗੁਰੂ ਸਾਹਿਬ ਜੀ ਦੀ ਕਥਾ ਇਹ ਕੀ ਹੈ? ਇਹ ਦੁੱਧ ਦੇ ਬਰਾਬਰ ਹੈ। ਤੁਹਾਡੀ ਤੁਸੀਂ ਦੁੱਧ ਇਕੱਠਾ ਕਰ ਲਿਆ ਜੀ, ਹੁਣ ਪਿਆਰ ਦੀ ਜਾਗ ਲਾਉਣੀ ਹੈ, ਪਿਆਰ ਨਾ ਸੁਣਨੀ ਹੈ, ਅਤੇ ਫਿਰ ਨਾਮ ਦਾ ਰਿੜਕਣਾ ਪਾਉਣਾ, ਅਭਿਆਸ ਕਰਨਾ, ਅਤੇ ਫਿਰ ਸੁਖਦਾਈ ਨਿੱਜੀ ਸਰੂਪ ਨੂੰ ਲੱਖਣ ਦਾ ਤੁਹਾਨੂੰ ਮੱਖਣ ਪ੍ਰਾਪਤ ਹੋਏਗਾ। ਹਾਂਜੀ। ਚੌਪਈ ਸ਼੍ਰੀ ਅੰਗਦ ਸੁਣ ਕਥਾ ਮਹਾਨੀ। ਅੱਗੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਥਾ ਸੁਣਾ ਰਹੇ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਅੱਗੋਂ ਕਥਾ ਸਰਵਣ ਕਰੋ। ਕੀਨ ਭਿਆਨੋ ਪੁਨ ਗੁਣ ਖਾਨੀ। ਸਿਆਲਕੋਟ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਗੇ ਚਾਲਾ ਪਾਇਆ ਜੀ। ਹਾਂਜੀ। ਸ਼੍ਰੀ ਕਰਤਾਰਪੁਰੇ ਚੱਲ ਆਏ। ਤੇ ਚੱਲ ਕੇ ਮਹਾਰਾਜ ਕਿੱਥੇ ਆਏ ਹੈ? ਸ਼੍ਰੀ ਕਰਤਾਰਪੁਰ ਸਾਹਿਬ ਆਏ ਹੈ। ਗੱਜ ਕੇ ਆਖੋ ਵਾਹਿਗੁਰੂ। ਆ ਬਾਰਡਰ ਵਾਲਾ ਜੀ, ਸ਼੍ਰੀ ਕਰਤਾਰਪੁਰ ਸਾਹਿਬ ਮਹਾਰਾਜ ਦਾ ਨਿੱਜੀ ਅਸਥਾਨ, ਜਿੱਥੇ ਮਹਾਰਾਜ ਨੇ ਨਗਰ ਵਸਾਇਆ, ਮਹਾਰਾਜ ਉੱਥੇ ਵਾਪਸ ਆਏ ਹੈ ਜੀ। ਇੱਕ ਉਦਾਸੀ ਤੋਰੀ ਸੀ ਮਹਾਰਾਜ ਨੇ, ਸੰਗਤ ਜੀ ਬੜਿਆਂ ਦਾ ਇਸ ਚੱਕਰ ਵਿੱਚ ਭਲਾ ਕੀਤਾ ਜੀ, ਬਗਦਾਦ ਦੀ ਫੇਰੀ ਮਹਾਰਾਜ ਲਾ ਕੇ ਆਏ ਹੈ। ਹਾਂਜੀ। ਬੰਧਨ ਕਰਹਿ ਸਿੱਖ ਹਰ ਖਾਏ। ਜਦੋਂ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਵਾਪਸ ਆਏ ਹੈ ਨਾ, ਅਤੇ ਕਰਤਾਰਪੁਰ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਵਸੇ ਹੋਏ ਸਿੱਖ, ਉਹਨਾਂ ਨੂੰ ਪਤਾ ਲੱਗਾ ਸਤਿਗੁਰੂ ਜੀ ਵਾਪਸ ਆ ਗਏ ਹੈ, ਉਹ ਬੜੇ ਖੁਸ਼ ਹੋਏ ਜੀ, ਬੜੇ ਖੁਸ਼ ਹੋਏ ਹਨ, ਮਹਾਰਾਜ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਹਾਂਜੀ। ਦੋਨੋਂ ਸੁੱਤ ਪਾਇਨ ਪਰ ਪਰੇ। ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ, ਸਤਿਗੁਰੂ ਜੀ ਦੇ ਦੋਵੇਂ ਪੁੱਤਰ, ਉਹ ਵੀ ਉੱਥੇ ਹੀ ਸਨ, ਉਹ ਵੀ ਮਹਾਰਾਜ ਦੇ ਚਰਨਾਂ 'ਚ ਪਏ, ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਉਹਨਾਂ ਵੀ। ਹਾਂਜੀ। ਦੇਖ ਪਿਤਾ ਸੋ ਆਨੰਦ ਭਰੇ। ਅਤੇ ਆਪਣੇ ਪਿਤਾ ਜੀ ਦੇ ਦਰਸ਼ਨ ਕੀਤੇ। ਮੈਂ ਅੱਜ ਗੁਰਮੁਖ ਫੋਨ 'ਤੇ ਗੱਲ ਦੱਸ ਰਹੇ ਸਨ, ਕਹਿੰਦੇ ਵੇਖੋ ਭਾਈ ਗੁਰੂ ਨਾਨਕ ਸਾਹਿਬ ਕਿੱਡੇ ਸੋਹਣੇ ਹੋਣਗੇ ਜੀ। ਅੱਜ ਜਿਹੜੀਆਂ ਫੋਟੋਆਂ ਤੁਸੀਂ ਦੇਖਦੇ ਹੋ ਨਾ, ਚਿੱਤਰ ਸਤਿਗੁਰਾਂ ਦੇ,
ਇਹਨਾਂ ਨਾਲੋਂ ਕਰੋੜਾਂ ਗੁਣਾ ਵੱਧ ਸਤਿਗੁਰੂ ਸੋਹਣੇ ਹੈ, ਕਰੋੜਾਂ ਗੁਣਾ ਵੱਧ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ, ਆਪਣੇ ਪਿਤਾ ਜੀ ਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ ਜੀ, ਬਾਬਾ ਸ਼੍ਰੀ ਚੰਦ ਜੀ ਨੂੰ, ਬਾਬਾ ਲਖਮੀ ਦਾਸ ਜੀ ਨੂੰ। ਹਾਂਜੀ, ਸਭਨ ਕੀਨ ਉਤਸ਼ਾਹ ਵਿਸਾਲਾ, ਸਾਰਿਆਂ ਨੇ ਬੜਾ ਉਤਸ਼ਾਹ ਕੀਤਾ ਜੀ, ਖੁਸ਼ੀ ਮਨਾਈ। ਤੇ ਸੰਗਤ ਜੀ, ਹੁਣ ਮਰਜ਼ਾਦਾ ਸੁਣਿਓ, ਸਾਡੇ ਵਿੱਚ ਖੁਸ਼ੀ ਮਨਾਉਣ ਦਾ ਕੀ ਤਰੀਕਾ ਹੈ। ਹਾਂਜੀ, ਪੰਚਾਮ੍ਰਿਤ ਬਹੁ ਕੀਏ ਤਤਕਾਲਾ, ਸੱਚੇ ਪਾਤਸ਼ਾਹ ਮਹਾਰਾਜ ਆਏ ਹੈ, ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਹੈ, ਗੱਦ ਕੇ ਆਖੋ ਵਾਹਿਗੁਰੂ। ਸਾਡੇ ਵਿੱਚ ਖੁਸ਼ੀ ਮਨਾਉਣ ਦਾ ਇਹ ਤਰੀਕਾ ਹੈ, ਕੋਈ ਖੁਸ਼ੀ ਦਾ ਕਾਰਜ ਹੋਣਾ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਦੀ, ਸਭ ਤੋਂ ਉੱਤਮ ਮਠਿਆਈ ਦੀ, ਇਹਦੇ ਤੋਂ ਉੱਤੇ ਮਠਿਆਈ ਕੋਈ ਨਹੀਂ ਹੈਗੀ ਜੀ। ਹਾਂਜੀ, ਕਰ ਅਰਦਾਸ ਬਾਂਟ ਸਭ ਤਾਈ, ਅਰਦਾਸ ਬੇਨਤੀ ਕੀਤੀ ਜੀ, ਉਹ ਫਿਰ ਵੰਡੇ, ਕੜਾ ਪ੍ਰਸ਼ਾਦ ਵੰਡਿਆ ਗਿਆ ਜੀ। ਹਾਂਜੀ, ਕੀਰਤਨ ਕੀ ਘਨ ਘੋਰ ਲਗਾਈ, ਤੇ ਖੁਸ਼ੀ ਦਾ ਇਹ ਵੀ ਤਰੀਕਾ ਚ, ਅੱਜ ਤੇ ਖੁਸ਼ੀ ਦਾ ਤਰੀਕਾ ਡੀਜੇ ਹੀ ਰਹਿ ਗਏ ਹੈ ਨਾ। ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਵਿੱਚ ਆਏ ਹੈ, ਸ੍ਰੀ ਕਰਤਾਰਪੁਰ ਸਾਹਿਬ ਵਿੱਚ, ਤੇ ਸੰਗਤਾਂ ਨੇ, ਸਾਧ ਸੰਗਤ ਦੀ ਕੀਰਤਨ ਕੀਤਾ ਜੀ, ਫਿਰ ਕੀਰਤਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਏ ਹਨ। ਹਾਂਜੀ, ਜਹ ਜਹ ਸਿੱਖ ਹੁਤੇ ਸੁਣ ਆਏ, ਜਿੱਥੇ ਜਿੱਥੇ ਸਿੱਖਾਂ ਨੂੰ ਪਤਾ ਲੱਗਾ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਨਗਰ ਵਿੱਚ ਆਏ ਹਨ। ਹਾਂਜੀ, ਦਰਸ਼ਨ ਕਰ ਬਾਂਸ਼ਤ ਫਲ ਪਾਏ, ਪਿਆਰਿਓ ਸਭਨਾਂ ਨੇ ਦਰਸ਼ਨ ਕੀਤੇ ਤੇ ਮਨ ਭਾਉਂਦੇ ਫਲ ਪ੍ਰਾਪਤ ਕੀਤੇ ਜੀ, ਦਰਸ਼ਨ ਕਰਕੇ ਕਾਮਨਾ ਪੂਰੀ ਹੋਈ। ਵੇਖੋ, ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਬੈਠੇ ਹੈ ਤੇ ਦਰਸ਼ਨ ਕਰਨ ਵਾਲਿਆਂ ਦੀ ਕਿਉਂ ਨਹੀਂ ਸੀ ਭਾਵਨਾ ਪੂਰੀ ਹੋਣੀ ਜੀ? ਮਾਤਾ ਸੁਲੱਖਣੀ ਜੀ ਨੇ ਦਰਸ਼ਨ ਕੀਤੇ, ਬਸ ਇੱਕ ਕੰਮ ਦਾ ਫਰਕ ਪੈ ਗਿਆ ਸੀ, ਜਦੋਂ ਗਏ ਸਨ ਉਦੋਂ ਤਿੰਨ ਸਨ, ਜਦੋਂ ਵਾਪਸ ਆਏ ਉਦੋਂ ਦੋ ਹੈ ਜੀ। ਭਾਈ ਮਰਦਾਨਾ ਜੀ ਰਾਹ 'ਚ ਸਰੀਰ ਤਿਆਗ ਦਿੱਤਾ ਹੈ। ਹਾਂਜੀ, ਰਹਿਣ ਲੱਗੇ ਪੁਨਪੁਰ ਕਰਤਾਰਾ, ਫਿਰ ਸੱਚੇ ਪਾਤਸ਼ਾਹ ਮਹਾਰਾਜ ਉਸੇ ਹੀ ਨਗਰ ਦੇ ਵਿੱਚ ਮਹਾਰਾਜ ਰਹਿਣ ਲੱਗ ਪਏ ਹੈ। ਹਾਂਜੀ, ਸਿਮਰਨ ਨਾਮ ਜਗਤ ਵਿਸਤਾਰਾ, ਤੇ ਸਾਧ ਸੰਗਤ ਜੀ ਲਗਭਗ ਮਹਾਰਾਜ ਨੇ 15 ਕੁ ਸਾਲ ਦਾ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਹੇ ਹੈ ਸਰੀਰ ਕਰਕੇ ਮਹਾਰਾਜ। ਤੁਸੀਂ ਵੇਖੋ ਕਿੰਨੀ ਮਹਾਨ ਅਤੇ ਪਵਿੱਤਰ ਅਸਥਾਨ ਹੈ, ਇੰਨਾ ਲੰਮਾ ਸਮਾਂ ਮਹਾਰਾਜ ਉੱਥੇ ਰਹੇ ਹੈ, ਅਤੇ ਮਹਾਰਾਜ ਨੇ ਫਿਰ ਉੱਥੇ ਨਾਮ ਦਾ ਵਿਸਥਾਰ ਕੀਤਾ ਜੀ। ਹਾਂਜੀ, ਦਿਨ ਪ੍ਰਤ ਦੂਨ ਚੌਣ ਵਿਸਾਲਾ, ਦਿਨੋ ਦਿਨ ਦੂਣਾ ਚੌਣਾ ਪ੍ਰਤਾਪ ਸਤਿਗੁਰੂ ਜੀ ਦਾ ਵੱਧ ਗਿਆ। ਹੁਣ ਕਾਰਨ, ਅੱਗੇ ਤਾਂ ਮਹਾਰਾਜ ਤੁਰਦੇ ਫਿਰਦੇ ਰਹੇ ਹੈ, ਉਦਾਸੀਆਂ 'ਤੇ ਰਹੇ ਹੈ, ਕਿਸੇ ਨੂੰ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਮਹਾਰਾਜ ਇੱਕ ਥਾਂ 'ਤੇ ਬੈਠ ਗਏ ਹੈ ਅਤੇ ਇੱਕ ਥਾਂ 'ਤੇ ਬੈਠੇ ਹੈ, ਸੰਗਤਾਂ ਨੂੰ ਦਿਨੋਂ ਦਿਨ ਪਤਾ ਲੱਗ ਗਿਆ ਵੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਬੈਠੇ ਆ ਗੁਰੂ ਨਾਨਕ ਦੇਵ ਜੀ। ਹਾਂਜੀ, ਪਸਰੀ ਕੀਰਤ ਕਰਤ ਉਜਾਲਾ, ਬਸ ਕਹਿੰਦੇ ਜਿਵੇਂ ਹਨੇਰਾ ਦੂਰ ਹੁੰਦਾ ਹੈ ਅਤੇ ਚਾਨਣ ਚੜ੍ਹਦਾ ਅਤੇ ਸਾਰੇ ਪਾਸੇ ਚਾਨਣ ਚੜ੍ਹ ਜਾਂਦਾ ਹੋ ਜਾਂਦਾ, ਇਸੇ ਤਰ੍ਹਾਂ ਸਾਰੇ ਪਾਸੇ ਪਤਾ ਲੱਗ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਕਰਤਾਰਪੁਰ ਸਾਹਿਬ ਵਿੱਚ ਬੈਠ ਗਏ ਹੈ, ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੈਠ ਗਏ ਆ ਕੇ। ਹਾਂਜੀ, ਦਸ ਦਿਸ਼ ਜੀਤੀ ਤੇਜ ਸਵਾਇਆ, ਕਹਿੰਦੇ ਬਸ ਇੰਨਾ ਵੱਡਾ ਪ੍ਰਤਾਪ, ਇੰਨੀ ਛੇਤੀ ਵੱਧ ਗਿਆ, ਦਸੇ ਦਿਸ਼ਾਵਾਂ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਇੱਕ ਥਾਂ 'ਤੇ ਸੱਜ ਗਏ ਹੈ। ਹਾਂਜੀ, ਸਤ ਨਾਮ ਕਾ ਚੱਕਰ ਫਿਰਾਇਆ, ਭਾਈ ਸੰਤੋਖ ਸਿੰਘ ਜੀ ਕਹਿੰਦੇ ਹੋਵੇ ਵੀ ਕਿਉਂ ਨਾ, ਉਹਦਾ ਕਾਰਨ ਚਾਰੇ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਜੈ ਜੈਕਾਰ ਹੋ ਚੁੱਕੀ ਸੀ ਪਹਿਲਾਂ ਹੀ ਜੀ। ਬਸ ਇਹ ਸੀ ਵੀ ਕਿਸੇ ਨੇ ਦਰਸ਼ਨ ਕਰਨ ਆਉਣਾ ਹੁੰਦਾ ਸੀ ਅਤੇ ਥਾਂ ਨਹੀਂ ਸੀ ਪੱਕੀ ਹੈਗੀ ਜੀ, ਚਾਰੇ ਪਾਸੇ ਸੱਤ ਨਾਮ ਦਾ ਚੱਕਰ ਫਿਰਾਇਆ, ਸਾਰੀ ਧਰਤੀ 'ਤੇ ਚੱਕਰ ਫੇਰਿਆ ਮਹਾਰਾਜ ਨੇ, ਕਾਹਦਾ? ਸਤਨਾਮ ਸ੍ਰੀ ਵਾਹਿਗੁਰੂ, ਪਰਮੇਸ਼ਰ ਦੇ ਨਾਮ ਦਾ ਚੱਕਰ ਫੇਰਿਆ ਮਹਾਰਾਜ ਨੇ। ਹਾਂਜੀ, ਪੀਰ ਅਮੀਰ ਜਗਤ ਮੈਂ ਜੇਈ, ਬੜੇ ਬੜੇ ਵੱਡੇ ਪੀਰ
ਤੇ ਬੜੇ ਬੜੇ ਵੱਡੇ ਅਮੀਰ ਲੋਕ ਜਿਹੜੇ ਇਸ ਸੰਸਾਰ ਵਿੱਚ ਹਨ। ਹਾਂਜੀ, ਪਦ ਅਰਬਿੰਦ ਨਿਵਾਏ ਤੇਈ, ਭਾਈ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਝੁਕੇ ਜੀ। ਕਰੋੜੀਏ ਵਰਗਾ ਸੇਠ ਵੇਖੋ, ਜਿਹੜਾ ਕਿੰਨੇ ਨੌਕਰ ਸੀਗੇ, ਤੇ ਤੁਸੀਂ ਸਾਖੀ ਸੁਣੀ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਸੁਣ ਕੇ ਪਹਿਲਾਂ ਜਰਿਆ ਨਾ ਜੀ। ਹਾਂਜੀ, ਤੇ ਸੋਚਦਾ ਵੀ ਮੈਂ ਇਹਨਾਂ ਨੂੰ ਫੜ ਲਿਆਉਣਾ ਜੀ, ਕੈਦ ਕਰਨਾ ਜੀ। ਤੇ ਜਦੋਂ ਫੜਨ ਵਾਸਤੇ ਚੱਲਾ ਤੇ ਪੱਗ ਡਿੱਗ ਗਈ ਜੀ, ਘੋੜੀ ਤਰਬਕੀ। ਤੇ ਦੂਜੇ ਦਿਨ ਫਿਰ ਚੱਲਾ ਤੇ ਅੰਨਾ ਹੋ ਗਿਆ ਜੀ। ਤੇ ਫਿਰ ਰੋਂਦਾ ਕਰਲਾਉਂਦਾ ਸਤਿਗੁਰੂ ਜੀ ਦੇ ਕੋਲ ਆਇਆ, ਮਹਾਰਾਜ ਨੇ ਦ੍ਰਿਸ਼ਟੀ ਪਾਈ, ਸੇਠ ਉਸੇ ਵੇਲੇ ਹੀ ਸੁਜਾਖਾ ਹੋ ਗਿਆ ਜੀ, ਵਿਖਣ ਲੱਗ ਪਿਆ ਜੀ। ਬੜੇ ਬੜੇ ਅਮੀਰ ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ ਸਨ ਜੀ। ਹਾਂਜੀ, ਪੰਡਿਤ ਔਰ ਪਖੰਡੀ ਗਿਆਨੀ, ਬੜੇ ਬੜੇ ਪੰਡਿਤ ਵਿਦਵਾਨ ਲੋਕ, ਬੜੇ ਬੜੇ ਪਖੰਡੀ ਗਿਆਨੀ। ਹਾਂਜੀ, ਵਿਦਿਆ ਬੇਤੇ ਜੇ ਅਭਿਮਾਨੀ, ਜਿਹੜੇ ਵਿਦਿਆ ਦੇ ਵਿੱਚ ਅਭਿਮਾਨ ਰੱਖਦੇ ਸਨ, ਘਮੰਡ ਰੱਖਦੇ ਸਨ, ਲੋਕਾਂ ਨੂੰ ਟਿੱਚ ਜਾਣਦੇ ਸੀ, ਕਿਸੇ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦੇ ਹੁੰਦੇ ਜੀ। ਹਾਂਜੀ, ਕਰਾਮਾਤ ਯੁਤ ਆਪ ਜਣਾਇਆ, ਤੇ ਉਹ ਲੋਕ ਜਿਹੜੇ ਕਰਾਮਾਤ ਆਪਣੀ ਵਿਖਾਉਂਦੇ ਹੁੰਦੇ ਸੀ ਲੋਕਾਂ ਨੂੰ, ਆਪਣੀਆਂ ਕਰਾਮਾਤਾਂ ਦੇ ਨਾਲ ਲੋਕਾਂ ਨੂੰ ਆਪਣੇ ਵਸ ਵਿੱਚ ਕਰਦੇ ਸੀ। ਹਾਂਜੀ, ਤਿੰਨ ਸਭ ਉੱਪਰ ਪ੍ਰਭ ਜਸ ਛਾਇਆ, ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਮੰਨ ਗਏ ਜੀ, ਗੱਦ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜੇ ਬੜੇ ਗਿਆਨੀ ਲੋਕ ਜੀ, ਬੜੇ ਬੜੇ ਪਖੰਡੀ ਗਿਆਨੀ ਜੀ, ਜਿਹੜੇ ਕਹਿੰਦੇ ਸੀ ਸਾਡੀ ਲੀਕ ਦੇ ਅੰਦਰ ਨਹੀਂ ਕੋਈ ਆਉਣਾ ਚਾਹੀਦਾ। ਜਦੋਂ ਮਹਾਰਾਜ ਦੇ ਬਚਨ ਸੁਣੇ, ਸਤਿਗੁਰੂ ਜੀ ਦੇ ਬਚਨਾਂ ਅੱਗੇ ਸਿਰ ਝੁਕਾ ਦਿੱਤਾ ਜੀ ਉਹਨਾਂ ਨੇ ਜੀ। ਬੜੇ ਬੜੇ ਕਰਾਮਾਤੀ ਲੋਕ ਸੰਗਤ ਜੀ, ਇੱਕ ਮੀਆਂ ਮਿੱਠੂ ਹੋਇਆ, ਮੀਆਂ ਮਿੱਠੂ ਇਸ ਗ੍ਰੰਥ ਵਿੱਚ ਤਾਂ ਉਹਦਾ ਜ਼ਿਕਰ ਨਹੀਂ ਮਿਲਦਾ, ਪਰ ਆਮ ਤੌਰ 'ਤੇ ਸਾਖੀਕਾਰ ਉਹਦਾ ਜ਼ਿਕਰ ਕਰਦੇ ਹੈ। ਮੀਆਂ ਮਿੱਠੂ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਪੀਰ ਸੀਗਾ ਜੀ। ਮੀਆਂ ਪੀਰ ਦਾ ਹੀ ਨਾਮ ਹੈ ਜੀ, ਉਹਨਾਂ ਦਾ ਹੀ ਇੱਕ ਫਿਰਕਾ ਕਹਿ ਲਓ, ਪੀਰ ਮੀਆਂ ਜਤੀ ਔਲੀਏ। ਮੀਆਂ ਨਾਮ ਸੀ ਮਿੱਠੂ, ਪੂਰਾ ਨਾਮ ਪੈ ਗਿਆ ਮੀਆਂ ਮਿੱਠੂ। ਬੜਾ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਸੀਗਾ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੁਝ ਦੂਰੀ 'ਤੇ ਪਹੁੰਚੇ, ਅੰਦਰ ਖਾ ਤੇ ਪਖੰਡ ਕਰਦਾ ਸੀ ਅਤੇ ਲੋਕਾਂ ਨੂੰ ਲੁੱਟਦਾ ਹੁੰਦਾ ਸੀ। ਜਦੋਂ ਸਤਿਗੁਰੂ ਜੀ ਉੱਥੇ ਪਹੁੰਚੇ, ਕੁਝ ਦੂਰੀ 'ਤੇ ਮਹਾਰਾਜ ਬੈਠੇ ਆ, ਅਤੇ ਮੀਆਂ ਮਿੱਠੂ ਦੇ ਸੇਵਕ ਨੇ ਆਖਿਆ, ਕਹਿੰਦਾ ਮੀਆਂ ਮਿੱਠੂ ਜੀ, ਇੱਥੇ ਇਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਲਾਗੇ ਆਏ ਹੈ। ਅਤੇ ਪਿਆਰੇ ਮੀਆਂ ਮਿੱਠੂ ਨਾ, ਕਹਿਣ ਲੱਗਾ ਕੋਈ ਨਹੀਂ, ਆ ਲੈਣ ਦਿਓ, ਨਿੰਬੂ ਦੀ ਤਰ੍ਹਾਂ ਨਚੋੜ ਦਿਆਂਗਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਾਰੇ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਰਹੇ ਹੈ ਦੂਰ ਬੈਠੇ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਆਪ ਜੀ ਇੱਕਦਮ ਮੁਸਕਰਾਉਣ ਲੱਗ ਪਏ। ਮਹਾਰਾਜ ਕਹਿੰਦੇ, ਮਰਦਾਨਿਆ ਹੁਣ ਜਿੱਥੇ ਜਾਣਾ ਨਾ ਅਸੀਂ ਮੀਆਂ ਮਿੱਠੂ ਕੋ, ਉਹ ਕਹਿੰਦਾ ਸਾਨੂੰ ਨਿੰਬੂ ਦੀ ਤਰ੍ਹਾਂ ਨਚੋੜਨਾ। ਮਹਾਰਾਜ ਅੱਛਾ, ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ, ਇਹ ਨਹੀਂ ਪਤਾ, ਅਸੀਂ ਗੰਨੇ ਵਾਂਗੂ ਰਸ ਕੱਢ ਦੇਣਾ ਉਹਦਾ ਸਾਰਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਜਦੋਂ ਹੀ ਗਏ ਮਹਾਰਾਜ ਸੱਚੇ ਪਾਤਸ਼ਾਹ, ਤੇ ਮੀਆਂ ਮਿੱਠੂ ਸਾਰਾ ਖਾਲੀ ਹੋ ਗਿਆ ਜੀ, ਖਾਲੀ ਹੋ ਗਿਆ। ਮਹਾਰਾਜ ਦੇ ਚਰਨਾਂ 'ਤੇ ਡਿੱਗ ਪਿਆ, ਬੜੀਆਂ ਹੀ ਮਾਫੀਆਂ ਮੰਗੀਆਂ, ਕਈ ਕੁਝ ਕੀਤਾ। ਫਿਰ ਮਹਾਰਾਜ ਨੇ ਮੀਆਂ ਮਿੱਠੂ ਨੂੰ ਉਪਦੇਸ਼ ਦਿੱਤਾ, ਮੀਆਂ ਮਿੱਠੂ ਭੁੱਲ ਕੇ ਵੀ ਲੋਕਾਂ ਨੂੰ ਬੁਰੇ ਰਸਤੇ ਨਾ ਪਾਈ, ਇਹਨਾਂ ਕੋਲੋਂ ਨਾਮ ਜਪਾ ਅਤੇ ਆਪ ਵੀ ਜਪ, ਸਾਰਿਆਂ ਦਾ ਭੱਲਾ ਹੋਏਗਾ। ਫਿਰ ਸਿੱਧਾਂ ਦੀਆਂ ਸਾਖੀਆਂ ਤੁਸੀਂ ਸੁਣੀਆਂ ਨੇ ਸੰਗਤ ਜੀ, ਕਿਵੇਂ ਧਰਤੀ ਵਿੱਚ ਬੱਚਾ ਨੱਪ ਕੇ ਬੈਠੇ ਸੀ ਨਾਨਕ ਗੋਰਖ ਮੱਤਾ ਕਹਿਣ ਨੂੰ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਖੜਾਂ ਹੀ ਰੱਖ ਲਈ ਸੀਗੀ, ਅਤੇ ਕੀ ਬਣਿਆ ਸੀਗਾ ਸੰਗਤ ਜੀ ਤੁਹਾਨੂੰ ਪਤਾ ਹੀ ਹੈ। ਸੋ ਭਾਈ ਸੰਤੋਖ ਸਿੰਘ ਜੀ ਲਿਖਦੇ, ਮਹਾਰਾਜ ਆ ਕੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੈਠੇ ਹੈ, ਸਾਰੇ ਪਾਸੇ ਹੀ ਗੁਰੂ ਜੀ ਦਾ ਜਸ ਹੋਇਆ ਜੀ। ਕਹਿੰਦੇ ਵੱਡੇ ਵੱਡੇ ਕਰਾਮਾਤੀ ਵੀ
ਉਹ ਮਹਾਰਾਜ ਦੇ ਚਰਨਾਂ ਤੇ ਝੁੱਕ ਗਏ ਸਨ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਜਿਉ ਸਿੱਧ ਗੋਰਖ ਸੰਘਾਰੇ, ਜਿਹੜੇ ਸਿੱਧ ਸਨ ਗੋਰਖ ਨਾਥ ਦੇ ਰਹਿਣ ਨਾਲ ਰਹਿਣ ਵਾਲੇ 84 ਜਣੇ। ਹਾਂਜੀ, ਚਰਚਾ ਕਰਤ ਸਰਬ ਤੇ ਹਾਰੇ, ਉਹ ਵੀ ਚਰਚਾ ਕਰ ਕਰਕੇ ਸਤਿਗੁਰੂ ਜੀ ਤੋਂ ਹਾਰ ਚੁੱਕੇ ਸਨ ਜੀ, ਮਹਾਰਾਜ ਗਰੀਬ ਨਵਾਜ ਜੀ ਨੂੰ ਜਿੱਤ ਨਹੀਂ ਸੀ ਸਕੇ। ਹਾਂਜੀ, ਕਲਾ ਦਿਖਾਏ ਰਹੇ ਪਚਹਾਰੀ, ਬੜੀ ਬੜੀ ਕਰਾਮਾਤ ਵਿਖਾਈ ਉਹਨਾਂ ਨੇ, ਪਰ ਉਹਨਾਂ ਦੀਆਂ ਕਰਾਮਾਤਾਂ ਸਭ ਫਿੱਕੀਆਂ ਹੀ ਪੈਂਦੀਆਂ ਰਹੀਆਂ ਸਤਿਗੁਰੂ ਜੀ ਅੱਗੇ। ਹੁਣ ਉਹ ਕੀੜੀ ਹੈ ਮਹਾਰਾਜ ਕਿੱਥੇ, ਆਪ ਪਰਮੇਸ਼ਰ ਦੀ। ਹਾਂਜੀ, ਚੱਲੀ ਨਾ ਕੁਛ ਭੇ ਲਿਜਤ ਲੱਜਤ ਭਾਰੀ, ਉਹਨਾਂ ਦੀ ਇੱਕ ਵੀ ਕਰਾਮਾਤ ਨਹੀਂ ਸੀ ਚੱਲੀ, ਬੜੇ ਸ਼ਰਮਿੰਦੇ ਹੋਏ ਸਨ ਸਿੱਧ। ਹਾਂਜੀ, ਤਦਿਪ ਹੰਕਾਰ ਨਾ ਛੋਡਿਓ ਮਨ ਕੋ, ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਇੱਕ ਕਹਾਵਤ ਸੁਣੀ ਹੋਏਗੀ, ਆਮ ਤੌਰ ਤੇ ਹੈ, ਰੱਸੀ ਜਲ ਗਈ ਪਰ ਬਲ ਨਹੀਂ ਗਿਆ। ਸਿੱਧ ਹਾਰ ਗਏ ਆ ਸ਼ਕਤੀਆਂ ਵਿੱਚ ਵੀ ਤੇ ਚਰਚਾ ਵਿੱਚ ਵੀ, ਪਰ ਅਜੇ ਵੀ ਕਈ ਸਿੱਧਾਂ ਨੇ ਆਪਣਾ ਮਾਣ ਨਹੀਂ ਛੱਡਿਆ ਜੀ, ਘਮੰਡ ਨਹੀਂ ਛੱਡਿਆ ਜੀ। ਹਾਂਜੀ, ਜਗ ਮੰਨਤਾ ਬੜ ਗਰਬ ਸੋ ਜਿਨ ਕੋ, ਉਹਨਾਂ ਨੂੰ ਇਹ ਸੀ ਵੀ ਲੋਕ ਬੜੇ ਮੰਨਦੇ ਆ ਸਾਨੂੰ, ਸਾਡੀ ਜੈ ਜੈਕਾਰ ਹੈ, ਲੋਕ ਬੜੇ ਸਾਨੂੰ ਮੰਨਦੇ ਆ। ਆ ਹੁਣ ਵੀ ਕਈਆਂ ਨੂੰ ਹੈਗਾ ਹੀ ਹੈ ਵੀ ਸਾਨੂੰ ਲੱਖ ਬੰਦਾ ਬਹਿ ਕੇ ਸੁਣਦਾ। ਹਾਂਜੀ, ਤਿੰਨ ਪੁੰਨ ਮਾਨ ਭੰਜਨੇ ਹੇਤਾ, ਚਹਿਤ ਰਹਿਤ ਬੇਦੀ ਕੁਲ ਕੇਤਾ, ਗੱਜ ਕੇ ਆਖੋ। ਤੇ ਮਹਾਰਾਜ ਅਜੇ ਇੱਕ ਵਾਰ ਹੋਰ ਇਹਨਾਂ ਨਾਲ ਵਿਚਾਰ ਕਰਨੀ ਚਾਹੁੰਦੇ ਆ, ਤਾਂ ਕਿ ਇਹਨਾਂ ਦਾ ਮਾਣ ਜਿਹੜਾ ਨਾ ਹੋਰ ਭੱਜ ਜੇ। ਜਿਹੜਾ ਹੰਕਾਰੀ ਬੰਦਾ ਹੈ ਉਹ ਗੁਰੂ ਦੀ ਗੱਲ ਸੁਣ ਕੇ ਰਾਜੀ ਨਹੀਂ ਹੋਏਗਾ ਜੀ, ਉਹਨੇ ਆਪਣੀ ਸੁਣਾਉਣੀ ਜੀ। ਮਹਾਰਾਜ ਚਾਹੁੰਦੇ ਇਹਨਾਂ ਦਾ ਹੰਕਾਰ ਦੂਰ ਕਰ ਦਈਏ। ਹਾਂਜੀ, ਬੇਖ ਫਕੀਰੀ ਤਜਿਓ ਸਰੀਰਾ, ਉਧਰੋਂ ਜਦੋਂ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਿੱਚ ਆਏ ਹੈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਕੀਰਾਂ ਵਾਲਾ ਭੇਖ ਉਤਾਰ ਦਿੱਤਾ ਹੈ, ਪਹਿਰ ਸੰਸਾਰੀ ਕੱਪੜੇ। ਹਾਂਜੀ, ਸੰਸਾਰੀ ਪਹਿਰੇ ਪੁਨ ਚੀਰਾ, ਆਮ ਸੰਸਾਰੀਆਂ ਵਾਲੇ ਕੱਪੜੇ ਸਤਿਗੁਰਾਂ ਨੇ ਪਾ ਲਏ ਹੈ, ਗੱਜ ਕੇ ਆਖੋ ਵਾਹਿਗੁਰੂ। ਆਮ ਸੰਸਾਰੀਆਂ ਵਾਲੇ, ਦੂਜੇ ਕੱਪੜੇ ਪਾਉਣ ਦਾ ਵੀ ਕਾਰਨ ਸੀਗਾ, ਆਮ ਸੰਸਾਰੀ ਬੰਦੇ ਨੂੰ ਕਿੱਥੋਂ ਕੋਈ ਸੰਤ ਮਹਾਤਮਾ ਮੰਨਦਾ ਜੇ, ਪੈਂਟ ਕਮੀਜ਼ ਪਾਈ ਹੋਵੇ, ਅਵਸਥਾ ਸੰਮਤਾਂ ਵਾਲੀ ਹੋਵੇ, ਕੋਈ ਨਹੀਂ ਮੰਨਦਾ ਇਹ ਸੰਤ ਹੈ। ਅਤੇ ਜਦੋਂ ਐਂ ਲੰਮਾ ਚੋਲਾ ਪਾ ਕੇ ਆਵੇ ਸਾਰੇ ਮੱਥਾ ਟੇਕੀ ਜਾਣਗੇ ਜੀ। ਲੋਕ ਗੱਲ ਸੁਣਨ, ਇਹ ਧਾਰਮਿਕ ਪੁਰਸ਼ ਗੱਲ ਸੁਣਨ, ਤਾਂ ਮਹਾਰਾਜ ਨੇ ਉਹ ਬਸਤਰ ਪਾਏ ਸਨ। ਹੁਣ ਮਹਾਰਾਜ ਨੇ ਮੁੜ ਸੰਸਾਰੀਆਂ ਵਾਲੇ ਕੱਪੜੇ ਪਾ ਲਏ, ਕ੍ਰਿਖੀ ਕਰਾਵਨ ਲੱਗੇ ਵਿਸ਼ਾਲਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਆਪ ਆ ਕੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਖੇਤੀ ਕਰਾਉਣ ਲੱਗੇ ਜੀ। ਤੁਸੀਂ ਸੁਣਿਆ ਸੀ ਨਾ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਵਸਾਇਆ, ਮਹਾਰਾਜ ਨੇ ਕਿਹਾ ਸੀ ਭਾਈ ਆਪ ਖੇਤੀ ਕਰੋ, ਇੱਥੇ ਆਉਣ ਵਾਲਾ ਬੰਦਾ ਭੁੱਖਾ ਨਹੀਂ ਰਹਿਣਾ ਚਾਹੀਦਾ। ਹੁਣ ਸਤਿਗੁਰੂ ਆਪ ਖੇਤੀ ਕਰਵਾਉਂਦੇ ਆ। ਹਾਂਜੀ, ਦੇਗ ਚਲਾਵੇ ਹੈ ਪਰਮ ਕਿਰਪਾਲਾ, ਤੇ ਪਰਮ ਕਿਰਪਾਲੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਲੰਗਰ ਚਲਾਉਂਦੇ ਆ ਲੰਗਰ। ਹਾਂਜੀ, ਦਰਸ਼ਨ ਕਰਨ ਹਿਤ ਸਿੱਖ ਆਵੇ, ਹੁਣ ਸਿੱਖਾਂ ਨੂੰ ਪਤਾ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੁੰਦੇ ਆ, ਸ੍ਰੀ ਕਰਤਾਰਪੁਰ ਸਾਹਿਬ ਸਿੱਖ ਆਉਂਦੇ ਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਕਿਤਕ ਰਹਾ ਹੈ ਘਰ ਕਿਤਕ ਸਿਧਾਵੇ ਹੈ, ਕਈ ਤੇ ਦਰਸ਼ਨ ਕਰਕੇ ਚਲੇ ਜਾਂਦੇ ਸੀਗੇ, ਤੇ ਪਿਆਰਿਓ ਕਈਆਂ ਦੇ ਭਾਗ ਬੜੇ ਵੱਡੇ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਰਹਿ ਪੈਂਦੇ ਸਨ ਜੀ। ਤੁਸੀਂ ਵੇਖੋ ਪ੍ਰਤੱਖ ਸਰੀਰ ਧਾਰਨ ਕੀਤਾ ਪਰਮੇਸ਼ਰ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਕਿੱਡੇ ਸੋਹਣੇ ਹੋਣਗੇ, ਤੇ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਜੀ। ਸਵਾ ਜਾਮ ਨਿਸ ਰਹੇ ਸਦਾਈ, ਹੋਤ ਕੀਰਤਨ ਸਭ ਸੁਖਦਾਈ, ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਹੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਕੀਰਤਨ ਸ਼ੁਰੂ ਹੋ ਜਾਂਦਾ ਹੈ ਜੀ। ਸਿੱਖ ਸੰਗਤਾਂ ਕੀਰਤਨ ਕਰਦੀਆਂ, ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਦੇ, ਆਸਾ ਜੀ ਦੀ ਵਾਰ ਦਾ ਨੇਮ ਜਿਹੜਾ ਹੈ ਇਹ ਸਾਧ ਸੰਗਤ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਵੱਜਾ ਹੈ ਜੀ।
ਅੰਮ੍ਰਿਤ ਵੇਲੇ ਪੜ੍ਹਨ ਦਾ ਜੀ। ਕਈ ਅਗਿਆਨੀ ਲੋਕ ਇਹ ਕਹਿ ਦਿੰਦੇ ਆ ਇਹੋ ਜਿਹੀ ਆਸਾ ਦੀ ਵਾਰ ਨਾ ਇਹ ਤੋ ਸੂਰਜ ਚੜ੍ਹੇ ਇਸ ਕਰਕੇ ਨਹੀਂ ਕਰਦੇ, ਬਚਨ ਬੜੇ ਸਖਤ ਨੇ ਅਤੇ ਸੁਣਾਉਣਾ ਨਹੀਂ ਚਾਹੁੰਦੇ, ਪਰ ਇਹ ਗੱਲ ਨਹੀਂ ਹੈ ਸੰਗਤ ਜੀ। ਆਸਾ ਰਾਗ ਦਾ ਜਿਹੜਾ ਸਮਾਂ ਹੈ ਨਾ ਉਹ ਹੈ ਹੀ ਅੰਮ੍ਰਿਤ ਵੇਲਾ, ਅਤੇ ਉਹ ਅੰਮ੍ਰਿਤ ਵੇਲੇ ਪੜ੍ਹਨ ਵਾਲੀ ਬਾਣੀ ਹੈ। ਹਾਂਜੀ, ਸਤਨਾਮ ਕੋ ਸਿਮਰਨ ਕਰਨਾ ਅਤੇ ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਂਦਾ ਫਿਰ ਸਿਮਰਨ ਹੁੰਦਾ। ਹਾਂਜੀ, ਇਹ ਉਪਦੇਸ਼ ਸਰਬ ਪ੍ਰਤ ਵਰਨਾ, ਮਹਾਰਾਜ ਨੇ ਸਾਰਿਆਂ ਨੂੰ ਇਹੋ ਹੀ ਉਪਦੇਸ਼ ਦਿੱਤਾ ਕਿ ਭਾਈ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਸਾਰਿਆਂ ਨੂੰ। ਹਾਂਜੀ, ਨੀਚ ਕੇ ਊਚ ਰਾਏ ਕਹਿ ਰੰਕਾ, ਬੜੇ ਬੜੇ ਮਹਾਰਾਜ ਦੇ ਕੋਲ ਹੁੰਦੇ, ਕੀ ਉੱਚੀ ਜਾਤ ਵਾਲੇ, ਕੀ ਜਿਹਨਾਂ ਨੂੰ ਲੋਕ ਨੀਵੀਂ ਜਾਤ ਵਾਲੇ ਕਹਿੰਦੇ ਆ, ਕੀ ਰਾਜੇ ਮਹਾਰਾਜੇ ਸਾਰੇ ਬਸ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣਾ ਸ਼ੁਰੂ ਹੋ ਗਏ ਜੀ। ਪਤਾ ਜੂ ਲੱਗ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਹੁਣ ਇੱਥੇ ਰਹਿਣਗੇ। ਹਾਂਜੀ, ਸਿਮਰੇ ਤੇ ਜਮ ਜਾਏ ਅਤੰਕਾ, ਕਹਿੰਦੇ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ, ਨਾਮ ਜਪਦੇ ਆ, ਐਸੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਆ ਜਿਨ੍ਹਾਂ ਨੂੰ ਯਾਦ ਕੀਤਿਆਂ ਜਮ ਵੀ ਬੰਦੇ ਦਾ ਖਹਿੜਾ ਛੱਡ ਕੇ ਚਲੇ ਜਾਂਦੇ ਜੀ। ਹਾਂਜੀ, ਸ਼ੁੱਧ ਅਸ਼ੁੱਧ ਜਪੈ ਜੇ ਕੋਈ, ਕੋਈ ਸ਼ੁੱਧ ਸਰੀਰ ਵਾਲਾ ਅਤੇ ਮਨ ਨਾਲ ਜੇ ਕੋਈ ਪਰਮੇਸ਼ਰ ਦਾ ਨਾਮ ਜਪਦਾ, ਕੋਈ ਅਸ਼ੁੱਧ ਹੈ ਭਾਵ ਮੈਲੇ ਮਨ ਵਾਲਾ ਨਾਮ ਜਪਦਾ ਤੇ ਭਾਵੇਂ ਸ਼ੁੱਧ ਮਨ ਵਾਲਾ ਨਾਮ ਜਪਦਾ, ਮਨ ਬੇਕਾਰ ਤੇ ਨਿਰਮਲ ਹੋਈ, ਸਾਰਿਆਂ ਦਾ ਮਨ ਨਿਰਮਲ ਹੋ ਜਾਂਦਾ ਸੀ ਆ ਕੇ ਜੀ। ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ। ਕੋਈ ਆਖੇ ਜੀ ਸਾਡਾ ਤੇ ਮਨ ਬੜਾ ਮੈਲਾ ਜੀ, ਅਸੀਂ ਕੀ, ਅਸੀਂ ਤੇ ਪਾਪੀ ਬੰਦੇ ਹੈਗੇ ਜੀ, ਤੇ ਜਪੋ ਨਾਮ ਫਿਰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਪੋ ਨਾਮ। ਹਾਂਜੀ, ਪ੍ਰਾਪਤ ਗਿਆਨ ਬੰਦ ਸਭ ਖੋਏ, ਬੜਿਆਂ ਨੂੰ ਗਿਆਨ ਮਹਾਰਾਜ ਨੇ ਉੱਥੇ ਬਖਸ਼ਿਸ਼ ਕੀਤਾ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ। ਹਾਂਜੀ, ਇਹ ਸਮ ਨਹਿ ਸੁਖੈਨ ਕਲ ਕੋਈ, ਮਹਾਰਾਜ ਨੇ ਇਹੋ ਹੀ ਉਪਦੇਸ਼ ਦਿੱਤਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ, ਭਾਈ ਕਲਯੁਗ ਦੇ ਵਿੱਚ ਨਾਮ ਜਪਣ ਤੋਂ ਸੌਖਾ ਢੰਗ ਮੁਕਤੀ ਦਾ ਹੋਰ ਕੋਈ ਹੈ ਹੀ ਨਹੀਂ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਇਹਦੇ ਤੋਂ ਉੱਤੇ ਤਰੀਕਾ ਹੀ ਕੋਈ ਨਹੀਂ ਹੈਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮਤ ਬਖਸ਼ਿਸ਼ ਕੀਤੀ ਜੀ ਸਾਰਿਆਂ ਨੂੰ। ਹਾਂਜੀ, ਸੁਣ ਉਪਦੇਸ਼ ਸਿੱਖ ਵਡਭਾਗੀ, ਸਤਿਗੁਰੂ ਜੀ ਦੇ ਮੁਖੋਂ ਉਪਦੇਸ਼ ਸੁਣ ਕੇ ਗੁਰੂ ਕੇ ਸਿੱਖ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਜੀ। ਹਾਂਜੀ, ਭਗਤ ਪ੍ਰੇਮ ਰੰਗੇ ਲਿਵ ਲਾਗੀ, ਪਤਾ ਕੀ ਹੁੰਦਾ ਜੀ ਸਤਿਗੁਰੂ ਜੀ ਦੇ ਮੁਖੋਂ ਗੱਲ ਸੁਣ ਕੇ ਸਾਰਿਆਂ ਦਾ ਜੀ ਕਰਦਾ ਹੁਣ ਅਸੀਂ ਵੀ ਨਾਮ ਜਪਣਾ ਹੈ, ਅਸੀਂ ਵੀ ਨਾਮ ਜਪਣਾ ਹੈ। ਨਾਮ ਵਿੱਚ ਰੰਗੇ ਜਾਂਦੇ ਰੰਗੇ ਜੀ। ਹਾਂਜੀ, ਮੁਕਤ ਉਚਿਤ ਭੇ ਮਨੁੱਜ ਅਨੇਕਾ, ਤੇ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਨੇਕਾਂ ਹੀ ਸੰਗਤਾਂ ਆਈਆਂ ਤੇ ਸਾਰੀਆਂ ਹੀ ਮੁਕਤੀ ਦੇ ਯੋਗ ਬਣ ਗਈਆਂ ਜੀ। ਹਾਂਜੀ, ਰਹੇ ਅਲੇਪ ਸੋ ਪਾਏ ਬਬੇਕਾ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਵਿੱਚ ਹੀ ਇੰਨਾ ਗਿਆਨ ਸੀਗਾ, ਜਿਹੜਾ ਆਉਂਦਾ ਮਹਾਰਾਜ ਉਹਨੂੰ ਬਚਨ ਸੁਣਾ ਕੇ ਨਿਹਾਲ ਕਰ ਦਿੰਦੇ ਜੀ। ਹਾਂਜੀ, ਦੋਹਰਾ ਨਿਜ ਪੁਰ ਸੁਨ ਝੱਟ ਆਤ ਭਾ ਨਾਮ ਅਜਿੱਤਾ ਜਾਤ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਆਏ ਤੇ ਪਿਆਰਿਓ ਅਜਿੱਤਾ ਰੰਧਾਵਾ ਗੱਜ ਕੇ ਆਖੋ ਵਾਹਿਗੁਰੂ, ਉਹਨੂੰ ਪਤਾ ਲੱਗਾ ਤੇ ਅਜਿੱਤਾ ਰੰਧਾਵਾ ਉਸੇ ਸਮੇਂ ਹੀ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਗਿਆ ਜੀ। ਅਜਿੱਤੇ ਰੰਧਾਵੇ ਦਾ ਖੂਹ ਹੈ ਡੇਰਾ ਬਾਬਾ ਨਾਨਕ ਸਾਹਿਬ। ਅਸੀਂ ਆ ਹੁਣ ਐਤਵਾਰ ਜਾ ਕੇ ਦਰਸ਼ਨ ਕਰਕੇ ਆਏ ਜੀ ਡੇਰਾ ਬਾਬਾ ਨਾਨਕ ਸਾਹਿਬ। ਉਹ ਪਵਿੱਤਰ ਖੂਹ ਦੇ ਜੀ ਐਂ ਅੰਦਰ ਐਂਟਰ ਹੁੰਦਿਆਂ ਹੀ ਹੇਠਾਂ ਪੌੜੀਆਂ ਉਤਰ ਕੇ ਅੱਜ ਵੀ ਉਹ ਬੌਲੀ ਸਾਹਿਬ ਸੁਭਾਏਮਾਨ, ਇੱਥੇ ਹੀ ਮਹਾਰਾਜ ਬੈਠਦੇ ਸਨ, ਇੱਥੇ ਹੀ ਉਹ ਕਰੋੜੀਆ ਆਇਆ, ਇੱਥੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਵਸਾਉਣ ਦੀ ਗੱਲ ਚੱਲੀ ਜੀ। ਅਤੇ ਉੱਥੋਂ ਲੱਗ ਗਈ ਆ ਜੀ, ਚਲੋ ਹੁਣ ਹੱਦ ਹੈ, ਹੱਦ ਕਰਕੇ ਦੂਰ ਲੱਗਦਾ ਹੈ ਡੇਰਾ ਬਾਬਾ ਨਾਨਕ ਸਾਹਿਬ ਤੋਂ ਕਰਤਾਰਪੁਰ ਸਾਹਿਬ ਕੋਈ ਬਹੁਤੀ ਦੂਰ ਨਹੀਂ ਹੈ ਸੰਗਤ ਜੀ। ਅਜਿੱਤੇ ਰੰਧਾਵੇ ਨੇ ਜਦੋਂ ਸੁਣਿਆ
ਮਹਾਰਾਜ ਆ ਗਏ ਹੈ। ਅਜਿੱਤਾ ਰੰਧਾਵਾ ਉਸੇ ਵੇਲੇ ਤੁਰ ਪਿਆ ਸਾਧ ਸੰਗਤ ਜੀ। ਹਾਂਜੀ, ਜਗਤੇਸ਼ਵਰ ਪਦ ਕਮਲ ਕੋ ਭ੍ਰਮਰ ਕੀਨ ਮਨ ਜਾਸ। ਅਜਿੱਤਾ ਰੰਧਾਵਾ ਚੌਧਰੀ ਹੈ, ਉਹਨੇ ਜਾ ਕੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਜੀ। ਤੇ ਪਿਆਰਿਓ, ਅਜਿੱਤੇ ਰੰਧਾਵੇ ਦਾ ਮਨ ਪਤਾ ਕਿਵੇਂ? ਜਿਵੇਂ ਭੌਰਾ ਹੁੰਦਾ, ਭੌਰਾ ਜੀ, ਭੌਰਾ ਫੁੱਲ ਨੂੰ ਨਹੀਂ ਛੱਡ ਸਕਦਾ। ਅਜਿੱਤਾ ਰੰਧਾਵਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਛੱਡ ਸਕਦਾ ਜੀ, ਉਸੇ ਵੇਲੇ ਹੀ ਪਹੁੰਚ ਗਿਆ ਜੀ ਉੱਥੇ। ਚੌਪਈ ਕਿਤਕ ਦਿਵਸ ਤਹਿ ਰਹਿਤ ਗੁਜ਼ਾਰੇ। ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਚ ਰਹੇ ਹੈ, ਅਜਿੱਤਾ ਰੰਧਾਵਾ ਮਹਾਰਾਜ ਦੇ ਨਾਲ ਰਿਹਾ ਜੀ। ਹਾਂਜੀ, ਬੰਧ ਅਨੇਕਨ ਕੇ ਨਿਰਵਾਰੇ। ਅਨੇਕਾਂ ਦੇ ਬੰਧਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਦੂਰ ਕੀਤੇ ਤੇ ਮਹਾਰਾਜ ਕਰਤਾਰਪੁਰ ਸਾਹਿਬ ਬੈਠੇ ਹੈ, ਸ੍ਰੀ ਕਰਤਾਰਪੁਰ ਸਾਹਿਬ, ਤੇ ਆਵਾਜ਼ ਆਉਂਦੀ ਹੈ ਜੀ ਸ਼ਿਵਰਾਤਰੀ ਆ ਗਈ ਹੈ। ਗੱਜ ਕੇ ਆਖੋ ਵਾਹਿਗੁਰੂ। ਸ਼ਿਵਰਾਤਰੀ ਤੇ ਕੀ ਹੁੰਦਾ ਸੀ, ਸਾਰੇ ਸਿੱਧ ਅਚਲ ਬਟਾਲੇ ਦੀ ਧਰਤੀ ਤੇ ਆਉਂਦੇ ਸਨ ਜੀ, ਹੋਰ ਬੜੇ ਬੜੇ ਸਾਧੂ ਆਉਂਦੇ ਸਨ। ਤੇ ਮਹਾਰਾਜ ਨੇ ਜਦੋਂ ਸੁਣਿਆ ਤੇ ਸਤਿਗੁਰੂ ਜੀ ਨੇ ਕੀ ਕੀਤਾ, ਭਾਈ ਗੁਰਦਾਸ ਜੀ ਦੱਸਦੇ ਆ, ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਟਲ ਬਟਾਲੇ ਆਈ। ਹਾਂਜੀ, ਬਾਹਰ ਬਾਹਰ ਸਮਾਂ ਆਇਓ ਸ਼ਿਵਰਾਤੀ। ਸ਼ਿਵਰਾਤਰੀ ਦਾ ਸਮਾਂ ਆ ਗਿਆ ਜੀ, ਸ਼ਿਵਰਾਤਰੀ ਦਾ। ਹਾਂਜੀ, ਮੇਲਾ ਅਚਲ ਹੋਤ ਪਲ ਭਾਂਤੀ। ਤੇ ਅਚਲ ਸਾਹਿਬ ਬੜਾ ਵੱਡਾ ਮੇਲਾ ਲੱਗਦਾ ਹੈ ਜੀ ਉੱਥੇ ਜੀ। ਪਿਆਰਿਓ, ਕਰਤਾਰਪੁਰ ਸਾਹਿਬ ਮਹਾਰਾਜ ਜੀ ਦਾ ਇਲਾਕਾ ਸ੍ਰੀ ਕਰਤਾਰਪੁਰ ਸਾਹਿਬ, ਉੱਥੋਂ ਅਚਲ ਸਾਹਿਬ ਬਹੁਤੀ ਦੂਰ ਨਹੀਂ ਹੈ, ਹੱਦ ਕਰਕੇ ਲੱਗਦਾ ਜੀ, ਹੱਦ ਕਰਕੇ ਲੱਗਦਾ, ਬਟਾਲੇ ਵਿੱਚ ਹੈ ਅਤੇ ਅੱਗੇ ਡੇਰਾ ਬਾਬਾ ਨਾਨਕ ਹੈ ਅਤੇ ਅੱਗੇ ਸ੍ਰੀ ਕਰਤਾਰਪੁਰ ਸਾਹਿਬ ਹੈ ਜੀ। ਅਤੇ ਮਹਾਰਾਜ ਸਾਹਿਬ ਜੀ ਨੇ ਸੁਣਿਆ ਵੀ ਉੱਥੇ ਬੜੇ ਬੜੇ ਸਿੱਧ ਆਉਂਦੇ ਆ। ਹਾਂਜੀ, ਸਰਬ ਸਿੱਧ ਤਹਿ ਆਸਨ ਲਾਏ। ਉਹ ਵਾਕਈ ਅਚਲ ਸਾਹਿਬ ਬੜੇ ਬੜੇ ਸਿੱਧਾਂ ਨੇ ਆ ਕੇ ਆਸਣ ਲਾਏ ਜੀ। ਹਾਂਜੀ, ਬੈਠੇ ਜਬ ਪੂਜੈ ਨਰ ਆਏ। ਆ ਕੇ ਉਹਨਾਂ ਪਹਿਲਾਂ ਹੀ ਸ਼ਿਵਰਾਤਰੀ ਤੋਂ ਬਹਿ ਜਾਣਾ ਤੇ ਲੋਕਾਂ ਨੇ ਕਹਿਣਾ ਜੀ ਸਿੱਧ ਬਾਬਾ ਜੀ ਬੜੇ ਵੱਡੇ ਨੇ, ਬੜੀ ਕਮਾਈ ਵਾਲੇ ਹੈ, ਤੇ ਲੋਕ ਸਿੱਧਾਂ ਨੂੰ ਮੱਥਾ ਟੇਕਦੇ ਮਾਇਆ ਚੜਾਉਂਦੇ ਸਨ ਜੀ। ਹਾਂਜੀ, ਤੇਹ ਦਿਨ ਮਨਤਾ ਹੋਤ ਬਧੇਰੀ। ਦਿਨੋਂ ਦਿਨ ਉਹਨਾਂ ਦੀ ਮਮਤਾ ਵੱਧਦੀ ਸੀ ਉੱਥੇ, ਤੇ ਸ਼ਿਵਰਾਤਰੀ ਵਾਲੇ ਦਿਨ ਤੇ ਬਹੁਤ ਸਾਰੇ ਲੋਕ ਉਸ ਸਮੇਂ ਅਚਲ ਸਾਹਿਬ ਪਹੁੰਚਦੇ ਸਨ, ਸਿੱਧਾਂ ਨੂੰ ਮਾਇਆ ਚੜਾ ਕੇ ਮੱਥਾ ਟੇਕਦੇ ਹੁੰਦੇ ਸੀਗੇ। ਭੇਟ ਚੜਾਵੇ ਆਨ ਕਨੇਰੀ। ਬੜੀਆਂ ਚੰਗੀਆਂ ਭੇਟਾਵਾਂ ਸਿੱਧਾਂ ਨੂੰ ਚੜ੍ਹਦੀਆਂ ਸੀਗੀਆਂ ਜੀ। ਇਹ ਜਿਹੜੀ ਮਾਇਆ ਨਾ ਜੀ, ਇਹ ਜ਼ਬਰਦਸਤੀ ਬੰਦੇ ਨੂੰ ਖਿੱਚ ਪਾ ਦਿੰਦੀ ਹੈ। ਹਾਂਜੀ, ਸਿੱਧਨ ਮੇਲਾ ਲਖ ਜਗਨਾਥਾ, ਗਮਨ ਕੀਨ ਕੁਛ ਸਿੱਖ ਲੇ ਸਾਥਾ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਇਕੱਲੇ ਨਹੀਂ ਗਏ, ਜਾਂ ਇਕੱਲੇ ਭਾਈ ਬਾਲਾ ਜੀ ਨੂੰ ਨਹੀਂ ਖੜਿਆ, ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੁਝ ਸਿੱਖ ਵੀ ਨਾਲ ਲੈ ਲਏ ਤੇ ਸੱਚੇ ਪਾਤਸ਼ਾਹ ਮਹਾਰਾਜ ਅਚਲ ਸਾਹਿਬ ਪਹੁੰਚੇ ਜੀ। ਹਾਂਜੀ, ਤੇਹ ਸ਼ਿਨ ਹੋਤ ਅਜਿੱਤਾ ਪਾਸੂ। ਅਜਿੱਤਾ ਰੰਧਾਵਾ ਵੀ ਸੱਚੇ ਪਾਤਸ਼ਾਹ ਜੀ ਦੇ ਨਾਲ ਸੀ, ਅਜਿੱਤਾ ਰੰਧਾਵਾ ਵੀ ਤੁਰ ਪਿਆ। ਸੋ ਪੀ ਗਯੋ ਸੰਗ ਸੁਖਰਾਸੂ। ਉਹ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਅਚਲ ਸਾਹਿਬ ਗਿਆ ਜੀ, ਅਜਿੱਤਾ ਰੰਧਾਵਾ। ਹਾਂਜੀ, ਪਹੁੰਚੇ ਤਹਾਂ ਜਾਏ ਕੀਏ ਡੇਰਾ। ਮਹਾਰਾਜ ਗਰੀਬ ਨਵਾਜ ਜੀ ਨੇ ਵੀ ਡੇਰਾ ਲਾ ਲਿਆ ਜੀ, ਤੇ ਉੱਥੇ ਡੇਰਾ ਕਿੱਥੇ ਲਾਉਂਦੇ ਸੀ, ਸਰੋਵਰ ਦੇ ਕੰਢੇ ਲਾਉਂਦੇ ਸੀਗੇ। ਸਰੋਵਰ ਸੀ, ਸਰੋਵਰ ਹੁਣ ਵੀ ਹੈ ਸਰੋਵਰ, ਆਸੇ ਪਾਸੇ ਸਿੱਧਾਂ ਨੇ ਡੇਰੇ ਲਾਏ ਹੁੰਦੇ ਸਨ, ਮਹਾਰਾਜ ਨੇ ਵੀ ਉੱਥੇ ਡੇਰਾ ਲਾ ਲਿਆ ਜੀ। ਹਾਂਜੀ, ਪੀ ਰਜਨੀ ਅਤ ਅਧਿਕ ਅੰਧੇਰਾ। ਤੇ ਪਿਆਰਿਓ, ਹਨੇਰਾ ਸੀਗਾ ਜੀ ਉੱਥੇ ਉਸ ਸਮੇਂ, ਰਾਤ ਦਾ ਸਮਾਂ ਹੋ ਗਿਆ। ਹਾਂਜੀ, ਤੇਹ ਸ਼ਿਨ ਬੜੀ ਅੰਧੇਰੀ ਆਈ। ਉਹ ਰਾਤ ਨੂੰ ਕਿਤੇ ਸ਼ਿਵਰਾਤਰੀ ਤੇ ਮੀਂਹ ਪੈ ਹੀ ਜਾਂਦਾ ਜੀ, ਮਾਹੌਲ ਹੀ ਇਹੋ ਜਿਹਾ ਹੁੰਦਾ, ਮੌਸਮ ਇਹੋ ਜਿਹਾ ਹੁੰਦਾ, ਬੜੀ ਹਨੇਰੀ ਆਈ ਜੀ ਉੱਥੇ ਜੀ। ਹਾਂਜੀ, ਜਿਹੇ ਬਹੁ ਕੰਕੜ ਧੂੜ ਉਡਾਈ। ਇੰਨੀ ਹਨੇਰੀ ਆਈ, ਇੰਨੀ ਹਨੇਰੀ ਆਈ, ਉਹ ਬੜਾ ਮਿੱਟੀ ਘੱਟਾ ਉੱਡਿਆ ਜੀ ਉੱਥੇ ਜੀ। ਹਾਂਜੀ, ਕਰਕਾ ਕੀ ਬਹੁ ਬਰਖਾ ਬਰਖੀ। ਤੇ ਬਾਅਦ ਵਿੱਚ ਕੀ ਹੋਇਆ ਜੀ, ਹਨੇਰੀ ਤੋਂ ਬਾਅਦ ਗੜੇ ਪੈਣੇ ਸ਼ੁਰੂ ਹੋ ਗਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ,
ਕਰਕੀ ਤੜਤ ਨਰਤ ਤ੍ਰਿਖ ਤਰਖੀ। ਉਹ ਹੁਣ ਸ਼ਿਵਰਾਤਰੀ ਦਾ ਸਮਾਂ ਨੇੜੇ ਹੈ, ਐ ਬਿਜਲੀ ਕੜਕੀ ਹੈ, ਲੋਕ ਡਰਨੇ ਸ਼ੁਰੂ ਹੋ ਗਏ। ਆ ਦੋ ਦਿਨ ਦੀ ਕੜਕਣ ਦੀ ਹੈ ਬਿਜਲੀ, ਰਾਤੀ ਵੀ ਬੜੀ ਧਰਤੀ ਹਿਲਾਈ ਸੀਗੀ ਜੀ। ਹਾਂਜੀ, ਪੱਤਰੀ ਪਰ ਪੱਤਰੀ ਜੇ ਵਾਸਾ, ਭਾਇਓ ਸਮੇਂ ਤੇ ਸਭ ਕੋ ਨਾਸ਼ਾ। ਕਹਿੰਦੇ ਆ ਵੀ ਬਿਜਲੀ ਕੜਕੀ ਆ, ਲੋਕ ਧੀਰਜ ਤੋਂ ਰਹਿਤ ਹੋ ਗਏ ਆ, ਪੰਛੀ ਵਗੈਰਾ ਸਾਰੇ ਉੱਡ ਪੁੱਡ ਗਏ, ਨਾਸ ਹੋ ਗਏ, ਮਤਲਬ ਕਿ ਅਸਤ ਵਿਅਸਤ ਜਿਹਾ ਹੋ ਗਿਆ ਕੰਮ। ਹਾਂਜੀ, ਬਾਹਰੋਂ ਭੋਰ ਜਬੈ ਹੋਏ ਆਈ ਤੇ ਸੰਗਤ ਦੀ ਰਾਤ ਇਸੇ ਤਰ੍ਹਾਂ ਲੰਘ ਗਈ, ਮੁੜ ਦਿਨ ਚੜ ਗਿਆ ਜੀ। ਹਾਂਜੀ, ਮੇਲਾ ਬਹੁਤ ਭਇਓ ਇਕਠਾਈ ਤੇ ਬਹੁਤ ਵੱਡਾ ਮੇਲਾ ਲੱਗਾ ਜੀ। ਸ਼ਿਵਰਾਤਰੀ ਵਾਲਾ ਦਿਨ ਹੈ ਤੇ ਬੜਾ ਵੱਡਾ ਮੇਲਾ ਲੱਗਾ ਜੀ। ਹਾਂਜੀ, ਉੱਚੋ ਇੱਕ ਬਿਲੋਕ ਸ਼ੁਭ ਥਾਨਾ, ਤਹਾਂ ਬੈਠ ਗਏ ਕਿਰਪਾ ਨਿਧਾਨਾ। ਸਿੱਧਾਂ ਨੇ ਵੀ ਆਪਣੀਆਂ ਆਪਣੀਆਂ ਸੀਟਾਂ ਮੱਲੀਆਂ ਸਨ, ਗੱਦ ਕੇ ਆਖੋ ਵਾਹ, ਸਰੋਵਰ ਦੇ ਕੰਢੇ। ਤੇ ਅੱਜ ਵੀ ਉਹ ਸਰੋਵਰ ਦਾ ਜਿਹੜਾ ਉਹਦੀ ਪਰਿਕਰਮਾ ਜਿਹੜੀ ਹੈ ਉਹ ਨੀਵੀਂ ਹੈ, ਤੇ ਪਿਆਰੇ ਉਹ ਗੁਰਦੁਆਰਾ ਅਚਲ ਸਾਹਿਬ ਥੋੜੀ ਉੱਚੀ ਥਾਂ ਤੇ ਹੈ। ਮਹਾਰਾਜ ਗਰੀਬ ਨਿਵਾਸ ਨੇ ਉੱਚੀ ਥਾਂ ਵੇਖੀ, ਉੱਚੀ ਥਾਂ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਆਸਣ ਲਾ ਲਿਆ। ਹਾਂਜੀ, ਗੁਰ ਆਗਮਨ ਸੁਣਹਿ ਨਰ ਜੋਈ। ਹੁਣ ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਅਚਲ ਸਾਹਿਬ ਆਏ ਹਨ, ਹਾਂਜੀ, ਦੌੜ ਦੌੜ ਦਰਸ਼ਨ ਸਭ ਕੋਈ, ਤੇ ਕੀ ਹੋਣਾ ਸੀਗਾ, ਦੌੜ ਦੌੜ ਹੀ ਆਏ ਫਿਰ ਸਾਰੇ, ਗੱਜ ਕੇ ਆਖੋ, ਚਲੋ ਭਾਈ ਚਲੋ, ਮਹਾਰਾਜ ਆਏ ਆਪ ਨਿਰੰਕਾਰ, ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਹੈ, ਸਾਰੇ ਮਹਾਰਾਜ ਜੀ ਦੇ ਕੋਲ ਆਉਣ ਲੱਗ ਪਏ। ਹਾਂਜੀ, ਜਿੱਤੀ ਭੇਟ ਸਿੱਧਨ ਕੀ ਆਨੀ, ਸਰਬ ਸਮਰਪ ਹੈ ਸ਼੍ਰੀ ਗੁਣ ਖਾਨੀ। ਓਹੋ ਹੀ ਪੰਗਾ ਪੈ ਗਿਆ ਜੀ, ਗੱਜ ਕੇ ਆਖੋ, ਕਿਹੜਾ ਭਲਾ ਮਾਇਆ ਦਾ ਜੀ, ਜਿਹੜੇ ਪੈਸੇ ਲੋਕਾਂ ਸਿੱਧਾਂ ਨੂੰ ਚੜਾਉਣੇ ਸੀ ਨਾ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਰੱਖ ਰੱਖ ਮੱਥਾ ਟੇਕੀ ਜਾਣ ਸਾਰੇ ਜੀ, ਉਹ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਸਾਰੇ, ਸਿੱਧਾਂ ਦੀ ਮਾਇਆ ਵੀ ਮਹਾਰਾਜ ਵੱਲ ਜਾਵੇ। ਲਛਮੀ ਖੜੀ ਤੁਮਰੇ ਦਰਬਾਰਾ। ਹਾਂਜੀ, ਅਤਸ਼ੈ ਭੀੜ ਭਈ ਪ੍ਰਭ ਪਾਸੂ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਤੇ ਬੜੇ ਮਨੁੱਖਾਂ ਦੀ ਭੀੜ ਇਕੱਠੀ ਹੋ ਗਈ, ਸੰਗਤਾਂ ਹੀ ਸੰਗਤਾਂ ਜੀ। ਹਾਂਜੀ, ਫਲ ਕੋ ਬੰਸ਼ ਕਰ ਹੈ ਅਰਦਾਸੂ, ਨਾਲੇ ਤੇ ਫਲ ਚੜਾਉਂਦੇ ਆ, ਨਾਲੇ ਮਹਾਰਾਜ ਅੱਗੇ ਅਰਦਾਸਾਂ ਕਰਦੇ ਆ। ਹਾਂਜੀ, ਖਰੋ ਹੋਇਨ ਕੋ ਥਾਨ ਨਾ ਪਾਵੇ ਹੈ, ਗੱਜ ਕੇ ਆਖੋ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕਹਿੰਦੇ ਇੰਨੀ ਸੰਗਤ ਹੋ ਗਈ, ਇੰਨੀ ਸੰਗਤ ਹੋ ਗਈ ਵੀ ਖੜੇ ਹੋਣ ਦੀ ਵੀ ਥਾਂ ਨਹੀਂ ਸੀ ਰਹੀ ਜੀ, ਖੜੇ ਹੋਣ ਦੀ ਵੀ ਥਾਂ ਨਹੀਂ ਸੀ ਰਹੀ, ਇੰਨਾ ਵੱਡਾ ਪ੍ਰਤਾਪ ਸੀ ਸੱਚੇ ਪਾਤਸ਼ਾਹ ਦਾ, ਹੋਵੇ ਵੀ ਕਿਉਂ ਨਾ ਜੀ। ਹੁਣ ਇੱਥੇ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਬਟਾਲੇ ਬੈਠੇ, ਇੱਥੇ ਨਹੀਂ ਕਿਸੇ ਨੇ ਬਹਿਣਾ, ਸਾਰਿਆਂ ਆਉਣ ਛੂਟ ਵੱਟ ਲੈਣੀ ਜੀ। ਹਾਂਜੀ, ਮਹਾਰਾਜ ਦਾ ਪ੍ਰਤਾਪ ਹੈ ਸੱਚੇ ਪਾਤਸ਼ਾਹ ਦਾ, ਵੇਖੋ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਕਿੰਨੇ ਕਿ ਦੋ ਸਵਾ ਸਵਾ ਘੰਟੇ ਲਾਈਨ 'ਚ ਲੱਗ ਕੇ ਸੰਗਤਾਂ ਅਰਦਾਸਾਂ ਕਰਦੀਆਂ, ਦਰਸ਼ਨ ਕਰਦੀਆਂ ਜਾ ਕੇ, ਅਤੇ ਗੁਰਪੁਰਬਾਂ 'ਤੇ ਤਾਂ ਖੜ੍ਹੇ ਹੋਣ ਦੀ ਵੀ ਥਾਂ ਨਹੀਂ ਹੁੰਦੀ ਜੀ, ਉੱਥੇ ਖੜ੍ਹੇ ਹੋਣ ਦੀ ਥਾਂ ਨਾ ਰਹੀ, ਆਪ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਉੱਥੇ। ਹਾਂਜੀ, ਬਦਨ ਬੇ ਲੋਕ ਹੈ ਔਰ ਹਰ ਖਾਵ ਹੈ, ਲੋਕ ਕੀ ਕਰਦੇ, ਲੋਕ ਸੱਚੇ ਪਾਤਸ਼ਾਹ ਦੇ ਸੋਹਣੇ ਦਰਸ਼ਨ ਕਰਦੇ ਹੈ ਜੀ, ਦਰਸ਼ਨ ਕਰ ਕਰਕੇ ਬੜੇ ਖੁਸ਼ ਹੁੰਦੇ ਹੈ, ਬੜੇ ਖੁਸ਼ ਹੁੰਦੇ ਹੈ। ਹਾਂਜੀ, ਨਰ ਨਾਰੀ ਵਹੁ ਭੇਟ ਚੜਾਏ, ਬਸ ਉਹ ਅੱਗੇ ਤੇ ਭੇਟਾਂ ਮੰਦੇ ਢੇਰ ਹੀ ਲੱਗ ਗਏ ਜੀ। ਹਾਂਜੀ, ਬੇਦ ਹੈ ਦੂਰ ਤੇ ਸਿਰ ਨਿਆਏ, ਗੱਜ ਕੇ ਆਖੋ, ਵਾਹਿਗੁਰੂ, ਤੇ ਦੂਰੋਂ ਹੀ, ਹੁਣ ਤਾਂ ਨੇੜੇ ਆਉਣ ਦਾ ਸਮਾਂ ਨਹੀਂ ਹੈ, ਸੰਗਤਾਂ ਦੂਰੋਂ ਹੀ ਮੱਥਾ ਟੇਕੀ ਜਾਂਦੀਆਂ, ਤੁਸੀਂ ਵੀ ਟੇਕੋ, ਮਾਨੋ ਮਹਾਰਾਜ ਬੈਠੇ, ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਦੂਰੋਂ ਹੀ ਸੰਗਤਾਂ ਮੱਥਾ ਟੇਕੀ ਜਾਂਦੀਆਂ ਜੀ। ਹਾਂਜੀ, ਦਰਸ਼ਨ ਕਰਤ ਨਾ ਤ੍ਰਿਪਤ ਹੈ ਕੈਸੀ, ਤੇ ਜਿਹੜੇ ਲਾਗੇ ਸੀ ਨਾ ਜੀ, ਉਹ ਹਟਣ ਨਾ ਲਾਗੋ ਜੀ, ਪਿਛਲਿਆਂ ਨੂੰ ਵਾਰੀ ਨਾ ਮਿਲੇ ਜੀ, ਉਹ ਜਿਹੜੇ ਲਾਗੇ ਸੀਗੇ ਉਹ ਹੁਣ ਰੱਜਦੇ ਹੀ ਨਹੀਂ ਦਰਸ਼ਨ ਕਰ ਕਰਕੇ ਜੀ, ਉਹਨਾਂ ਦਾ ਜੀ ਕਰਦਾ ਹੋਰ ਕਰ ਲਈਏ, ਹੋਰ ਕਰ ਲਈਏ। ਹਾਂਜੀ, ਬ੍ਰਿੰਦ ਚਕੋਰ ਚੰਦਰਮਾ ਜੈਸੇ, ਐ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਜਿਵੇਂ ਚਕੋਰ
ਚੰਦ ਨੂੰ ਇੱਕ ਟੱਕ ਵੇਖਦੀ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਇੱਕ ਤਾਰ ਲਾ ਕੇ ਵੇਖਦੀ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ, ਬੜੇ ਸੋਹਣੇ ਹੋਣਗੇ ਗੁਰੂ ਨਾਨਕ ਸਾਹਿਬ। ਹਾਂਜੀ, ਪਾਇਨ ਪਾਸ ਉਪਾਇਨ ਭੂਰੀ, ਭਈ ਅਨੇਕ ਵਿਧਨ ਕੀ ਰੂਰੀ, ਕੋਈ ਨਾ ਗਮਨਿਓ ਸਿੱਧਨ ਪਾਸੂ। ਇੱਕ ਸਿੱਧਾਂ ਵਾਸਤੇ ਇੱਕ ਕੰਮ ਖਰਾਬ ਹੋ ਗਿਆ, ਸੰਗਤਾਂ ਤੇ ਸਤਿਗੁਰੂ ਗਰੀਬ ਨਵਾਜ ਜੀ ਦੇ ਦਰਸ਼ਨ ਕਰਕੇ ਜਨਮ ਸਫਲਾ ਕਰ ਰਹੀਆਂ, ਪਰ ਸਿੱਧਾਂ ਦੇ ਕੋਲ ਕੋਈ ਵੀ ਨਹੀਂ ਗਿਆ ਜੀ, ਸਾਰੇ ਮਹਾਰਾਜ ਕੋ ਜਾਈ ਜਾਣ ਜੀ। ਤੇ ਮਾਇਆ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਢੇਰ ਲੱਗਾ ਪਿਆ ਜੀ। ਹਾਂਜੀ, ਬੈਠੇ ਦੇਖਤ ਮਿਟਿਓ ਹੁਲਾਸੂ, ਉਹਨਾਂ ਦੀਆਂ ਤੇ ਖੁਸ਼ੀਆਂ ਹੀ ਖਤਮ ਹੋ ਗਈਆਂ ਜੀ। ਜਿਹੜਾ ਉਹਨਾਂ ਸੋਚਿਆ ਨਾ ਵੀ ਜਾਵਾਂਗੇ ਖੂਬ ਭੇਟਾ ਚੜਾਵਾ ਲੈ ਕੇ ਆਵਾਂਗੇ, ਉਹਨਾਂ ਦੀਆਂ ਤੇ ਖੁਸ਼ੀਆਂ ਹੀ ਮੁੱਕ ਗਈਆਂ ਸਾਰੀਆਂ ਜੀ, ਖਤਮ ਹੀ ਹੋ ਗਈਆਂ ਖੁਸ਼ੀਆਂ। ਹਾਂਜੀ, ਮਨਤਾ ਤੇ ਨਿਰਾਸ਼ ਮਨ ਮਾਹੀ, ਵੀ ਮਨਤਾ ਘੱਟ ਗਈ ਸਾਡੀ ਤੇ, ਬੜੇ ਨਿਰਾਸ਼ ਹੋਏ ਜੀ ਉਹ। ਹਾਂਜੀ, ਏਕ ਉਪਾਇਨ ਪਹੁੰਚੀ ਨਾਹੀ, ਵਾਹਿਗੁਰੂ ਗੱਜ ਕੇ ਆਖੋ, ਸਿੱਧਾਂ ਨੂੰ ਇੱਕ ਦਮੜਾ ਵੀ ਨਹੀਂ ਰੱਖਿਆ ਕਿਸੇ ਨੇ ਜੀ, ਕੋਈ ਭੇਟਾ ਹੀ ਨਹੀਂ ਆਈ ਜੀ। ਹਾਂਜੀ, ਮਨ ਖੁਨਸਾਏ ਸੋਗ ਬਹੁਤਾਰਾ, ਲਓ ਜੀ ਉਹਨਾਂ ਨੂੰ ਤੇ ਬੜਾ ਸੋਗ ਆਇਆ ਜੀ। ਤੇ ਇਹੋ ਜਿਹੇ ਸਮੇਂ ਚ ਕੀ ਹੁੰਦਾ, ਈਰਖਾ ਆਉਂਦੀ ਵੀ ਉਹਨੂੰ ਮੱਥਾ ਟੇਕੀ ਜਾਂਦੇ, ਮੈਨੂੰ ਟੇਕਦਾ ਕੋਈ ਨਹੀਂ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਈਰਖਾ ਹੋ ਗਈ ਜੀ ਉਹਨਾਂ ਦੀ। ਹੋਏ ਏਕ ਠਾਂ ਮਤੋ ਵਿਚਾਰਾ, ਉਸੇ ਵੇਲੇ ਹੀ ਸਾਰੇ ਸਿੱਧ ਫਿਰ ਇਕੱਠੇ ਹੋ ਗਏ ਜੀ, ਮੀਟਿੰਗ ਸੱਦੀ। ਹਾਂਜੀ, ਅਬ ਤੋਂ ਪੂਜਾ ਹਟੀ ਹਮਾਰੀ, ਕਹਿਣ ਲੱਗੇ ਹੁਣ ਤੇ ਪੂਜਾ ਖਤਮ ਹੀ ਹੋ ਗਈ ਸਾਡੀ, ਹੁਣ ਤੇ ਮੰਨਦਾ ਹੀ ਨੀ ਸਾਨੂੰ ਕੋਈ। ਹਾਂਜੀ, ਜੇ ਨਾ ਕਰੋ ਇਸ ਕੋ ਉਪਚਾਰੀ, ਇਹਦਾ ਹੱਲ ਕਰਨਾ ਚਾਹੀਦਾ, ਜੇ ਇਹਦਾ ਹੱਲ ਨਾ ਕੀਤਾ ਲੋਕ ਨਾ ਮੰਨਣਗੇ ਕਿਸ ਤੌਰਾ, ਫਿਰ ਨਾ ਲੋਕ ਸਾਨੂੰ ਮੰਨੇ ਜੀ, ਲੋਕਾਂ ਮੰਨਣਾ ਹੀ ਨਹੀਂ ਸਾਨੂੰ। ਹਾਂਜੀ, ਜੇ ਨਾ ਕਹੋ ਜੇ ਨਾ ਕਰੋ ਮਿਲ ਕੇ ਇਸ ਹੌਰਾ, ਤੇ ਕਿਸੇ ਤਰੀਕੇ ਨਾਲ ਹੁਣ ਉਹ ਸਿੱਧਾਂ ਦੀ ਬੋਲੀ ਹੈ, ਮੈਨੂੰ ਮਾਫ ਕਰਿਓ, ਕਹਿਣ ਲੱਗੇ ਸਤਿਗੁਰੂ ਜੀ ਨੂੰ ਹੌਲਾ ਕਰਨਾ ਪੈਣਾ। ਗੱਜ ਕੇ ਆਖੋ, ਉਹਦੇ ਬੜੇ ਵੱਡੇ ਆ, ਹੌਲੇ ਤੇ ਹੋ ਗਏ ਆ ਜੀ, ਹੌਲੇ ਤੇ ਹੋ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਤੇ ਵਡਿਆਈ ਬੜੀ ਵੱਡੀ ਹੈ ਉੱਥੇ। ਹਾਂਜੀ, ਅਬ ਮੇਲਾ ਹੈ ਪੂਰਨ ਭਾਰੀ, ਇਸੇ ਲਜਾਵਹੋ ਕਿਸੂ ਪ੍ਰਕਾਰੀ, ਇਸੇ ਲਜਾਵਹੋ, ਕਹਿਣ ਲੱਗੇ ਹੁਣ ਮੇਲਾ ਭਰਿਆ ਹੋਇਆ, ਕਿਸੇ ਤਰੀਕੇ ਨਾਲ ਕੋਈ ਇਹੋ ਜਿਹਾ ਕੰਮ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਲੱਜਤ ਹੋ ਜਾਣ। ਇਹ ਨਹੀਂ ਪਤਾ ਵੀ ਉਹ ਤਾਂ ਆਪ ਹੀ ਪਰਮੇਸ਼ਰ ਹਨ, ਇਹਨਾਂ ਦਾ ਤੇ ਨਾਮ ਲਿਆ ਜੰਮ ਲੱਜਾ ਖਾ ਕੇ ਭੱਜ ਜਾਂਦਾ ਜੀ, ਜੰਮ ਲੱਜਾ ਏ ਕਰ ਭਾਗਾ। ਹਾਂਜੀ, ਸ਼ਕਤ ਦਿਖਾਵੋ ਚਰਚਾ ਕਰੀਏ, ਨਰਨ ਹਜ਼ੂਰ ਗਰਭ ਪਰ ਹਰੀਏ, ਤੇ ਇਹਨਾਂ ਨੂੰ ਆਖੀਏ ਵੀ ਸ਼ਕਤੀ ਵਿਖਾਓ, ਚਰਚਾ ਕਰੀਏ ਲੋਕਾਂ ਦੇ ਸਾਹਮਣੇ, ਹੁਣ ਕੋਈ ਕਰਤੱਵ ਵਿਖਾਈਏ ਆਪਾਂ ਆਪੋ ਆਪਣਾ। ਤੇ ਸਿੱਧਾਂ ਨੇ ਹੁਣ ਫਿਰ ਈਰਖਾ ਵਿੱਚ ਕੰਪੀਟੀਸ਼ਨ ਰੱਖਣਾ, ਤੇ ਜਿੱਤ ਦਾ ਤੇ ਤੁਹਾਨੂੰ ਪਤਾ ਹੀ ਹੈ। ਹਾਂਜੀ, ਵੀ ਜਿੱਤਣਾ ਕਿੰਨੇ ਹੈ, ਉਹ ਜੋ ਹੁੰਦਾ ਉਹ ਸੰਗਤ ਦੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅਤੇ ਇਹ ਈਰਖਾ ਬੜੀ ਬੁਰੀ ਬਲਾ ਹੈ, ਬੰਦਾ ਸੜਦਾ ਹੀ ਰਹਿੰਦਾ ਜੀ, ਇਹਦੇ ਵਿੱਚ ਸੜਦਾ ਹੀ ਰਹਿੰਦਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆ ਕੇ ਵਸ ਗਏ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹੁਣ ਇੱਥੇ ਸੰਗਤਾਂ ਨੂੰ ਉਪਦੇਸ਼ ਦਿੰਦੇ, ਭਾਈ ਕਲਯੁੱਗ ਵਿੱਚ ਤਰਨ ਦਾ ਕੋਈ ਤਰੀਕਾ ਨਹੀਂ ਹੈ ਸਿਵਾਏ ਵਾਹਿਗੁਰੂ ਜੀ ਦੇ ਨਾਮ ਤੋਂ, ਹੋਰ ਕੋਈ ਸੌਖਾ ਢੰਗ ਨਹੀਂ ਹੈਗਾ ਜੀ। ਅਤੇ ਦੋ ਕੁ ਮਿੰਟ ਆ ਉਹ ਜਪ ਲਓ, ਫਿਰ ਆਪਾਂ ਖਿਮਾ ਮੰਗੀਏ। ਪਿਆਰ ਨਾਲ ਐਂ ਲੱਕ ਸਿੱਧੇ ਕਰਕੇ ਸਾਵਧਾਨ ਹੋ ਕੇ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ, ਗੱਜ ਕੇ ਵਾਹਿਗੁਰੂ। ਇਹਦੇ ਤੋਂ ਸੌਖਾ ਤਰੀਕਾ ਨਹੀਂ ਕੋਈ ਹੈਗਾ, ਇਹਦੇ ਤੋਂ ਸੌਖਾ ਨਹੀਂ ਕੋਈ ਤਰੀਕਾ ਹੈਗਾ, ਫਿਰ ਔਖੇ ਕਰਨੇ ਪੈਣਗੇ।
ਕੰਮ ਤੇ ਉਹ ਕਰਨਾ ਚਾਹੀਦਾ ਜਿਹੜਾ ਸੌਖਾ ਹੋਵੇ ਜੀ। ਵਾਹੇ ਗੁਰੂ ਗੱਜ ਕੇ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਮ ਦੇ ਧਾਰਨੀ ਹੋਈਏ, ਗਰੀਬ ਨਵਾਜ ਸਾਡੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।